ਅਸਲਾਮ ਅਲੈਕਮ ਜੀ, ਮੈਂ ਤੁਹਾਡਾ ਦੋਸਤ ਆ ਸੁਲੇਮਾਨ। ਤੁਸੀਂ ਦੇਖ ਰਹੇ ਜਨਾਬ ਯੂਟਿਊਬ ਚੈਨਲ ਕਬੂਤਰ ਜਿੰਦੀ ਜਾਨ ਪਾਕਿਸਤਾਨ। ਸਾਰੇ ਦੋਸਤ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਅੱਗੇ ਦੋਸਤਾਂ ਨਾਲ ਸ਼ੇਅਰ ਕਰੋ। ਅਤੇ ਇਸ ਟਾਈਮ ਮੌਜੂਦ ਹਾਂ ਜੀ ਮੈਂ ਪਾਕਰ, ਅਤੇ ਜ਼ੁਬੈਰ ਸਾਹਿਬ ਮੇਰੇ ਨਾਲ ਨੇ। ਅਸੀਂ ਪਿਛਲੇ ਦਿਨਾਂ 'ਚ ਇੱਥੇ ਦੋਸਤੋਂ ਜੋੜੇ ਲਾਏ, ਅਤੇ ਲੇਕਿਨ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਅਤੇ ਫਿਰ ਅਸੀਂ ਵਾਇੰਡ ਅਪ ਕਰ ਦਿੱਤਾ। ਅਤੇ ਦੋਸਤੋ ਗੱਲ ਇਹ ਵੇ ਕਿ ਯਾਰ ਮੈਨੂੰ ਨਾ ਬੜਾ ਮਜ਼ਾ ਆਇਆ ਰਾਤੀ, ਨਾ ਬੜਾ ਹੀ ਮੈਂ ਕਹਿੰਦਾ ਇੰਤਹਾ ਦਾ ਮਜ਼ਾ ਆਇਆ। ਮੇਰੇ ਦੋਸਤਾਂ ਨੇ, ਮੇਰੇ ਵੀਵਰਾਂ ਨੇ, ਮੇਰਾ ਸਮਝੋ ਕਿ ਯਾਰ ਮੇਰਾ ਸਾਰੇ ਇੱਕ ਜ਼ਿੰਦਗੀ ਦਾ ਸਾਸਾ ਹੀ ਹੈ। ਸਾਰੇ ਦੋਸਤ ਮੇਰੇ ਭਰਾ, ਇੱਕ ਫੈਮਿਲੀ ਦੀ ਤਰ੍ਹਾਂ ਹੀ ਅਸੀਂ ਸਾਰੇ ਜਿੰਨੇ ਮੇਰੇ ਨਾਲ ਜੁੜੇ ਨੇ, ਮੇਰੇ ਚੈਨਲ ਨਾਲ ਜੁੜੇ ਨੇ, ਮੇਰੇ ਸਬਸਕ੍ਰਾਈਬਰ ਨੇ, ਮੇਰੇ ਨਾਲ ਬੜਾ ਪਿਆਰ ਕੀਤਾ ਰਾਤੀ, ਅਖੀਰ ਦਾ ਪਿਆਰ ਕੀਤਾ ਦੋਸਤੋ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਬਹੁਤ ਸਾਰੇ ਦੋਸਤਾਂ ਨੇ ਫੋਨ ਕੀਤੇ, ਮੈਂ ਕਹਿੰਦਾ ਕੋਈ 200-300 ਫੋਨ ਰਾਤੀ ਆਉਂਦਾ ਰਿਹਾ, ਫਿਰ ਸੁਬਹਾ ਸ਼ੁਰੂ ਹੋ ਗਿਆ। ਅਤੇ ਬਹੁਤ ਜ਼ਿੰਦਗੀ ਦਾ ਇੱਕ ਜ਼ਿੰਦਗੀ ਦਾ ਲੁਤਫ ਆਇਆ ਕਿ ਯਾਰ ਇੰਨਾ ਪਿਆਰ ਕਰਨ ਵਾਲੇ ਦੋਸਤ। ਵਜ੍ਹਾ ਕੀ ਕਿ ਕੱਲ੍ਹ ਨਾ ਇੱਕ ਬਾਬਾ ਜੀ ਨੇ ਮੂਵੀ ਲਾ ਦਿੱਤੀ, ਠੀਕ ਹੈ, ਬਾਬਾ ਜੀ ਨੇ ਮੂਵੀ ਲਾਈ ਕਿ ਸੁਲੇਮਾਨ ਨੇ ਯੇ ਕੀਤਾ ਵੋ ਕੀਤਾ, ਸੁਲੇਮਾਨ ਨੇ ਮੇਰੇ ਪੈਰ ਫੜੇ। ਉਹ ਯਾਰ ਮੈਂ ਲੱਗਣਾ ਤੁਹਾਨੂੰ, ਮੈਂ ਸ਼ਕਲ ਤੋਂ ਲੱਗਣਾ ਮੈਂ ਕਿਸੇ ਦੇ ਅੱਗੇ ਝੁਕਾਂ ਦਾ ਜਾਂ ਕੋਈ ਕਿਸੇ ਚੀਜ਼ ਵਾਸਤੇ, ਫਿਰ ਇਹਦੇ ਵਾਸਤੇ ਕਿ ਮੈਨੂੰ ਕਬੂਤਰ ਦੀ ਲਾਈਨ ਬਰੀਡ ਚਾਹੀਦੀ ਹੈ। ਸਰਾਸਰ ਝੂਠ, ਅੱਲਾ ਦੀ ਕਿਸਮ ਹੈ। ਮੇਰੇ ਨਾ ਵੱਡਿਆਂ ਦੀ ਤਰਬੀਅਤ ਇਹੋ ਜਿਹੀ ਹੈ ਕਿ ਮੈਂ ਇਸ ਮੂਵੀ ਨੂੰ ਬਣਾਉਣਾ ਨਹੀਂ ਸੋਚਾਂਦਾ, ਲੇਕਿਨ ਮੇਰੇ ਦੋਸਤਾਂ ਦੀ ਰਿਕੁਆਇਰਮੈਂਟ, ਦੋਸਤਾਂ ਦੇ ਮਜਬੂਰ ਕੀਤਾ ਕਿ ਯਾਰ ਤੁਸੀਂ ਅਗਰ ਨਹੀਂ ਬਣਾਉਂਦੇ ਤਾਂ ਲੋਕ ਕਹਿਣਗੇ ਤੁਸੀਂ ਗਿਲਟੀ ਹੋ, ਇਹ ਵੀ ਗੱਲ ਸੋਚਣ ਵਾਲੀ ਹੈ। ਅਤੇ ਫਿਰ ਵੀ ਨਹੀਂ, ਫਿਰ ਮੇਰਾ ਜ਼ਰਫ ਨਹੀਂ ਹੈਗਾ ਇਹ ਕੰਮ ਕਰਦਾ, ਨਾਲੇ ਮੇਰਾ ਮਿਆਰ ਹੀ ਨਹੀਂ। ਉਹ ਬੰਦੇ ਦਾ ਇੱਕ ਮਿਆਰ ਹੁੰਦਾ, ਇੱਕ ਸਟੇਟਸ ਹੁੰਦਾ, ਮੇਰਾ ਸਟੇਟਸ ਹੀ ਨਹੀਂ ਕਿ ਮੈਂ ਇਹਦੇ ਨਾਲ ਕੋਈ ਉਲਟੀ ਸਿੱਧੀ ਗੱਲ ਕਰਾਂ। ਇੱਕ ਬਜ਼ੁਰਗ ਬੰਦਾ 80-82-83 ਸਾਲ ਕਹਿੰਦਾ ਮੇਰੀ ਉਮਰ ਹੈ, ਠੀਕ ਹੈ, ਲੇਕਿਨ ਸਾਡਾ ਨਹੀਂ ਬਣਦਾ ਉਹਦੇ ਨਾਲ ਇਹੋ ਜਿਹਾ ਕੰਮ, ਬੋਲਣਾ ਚਾਲਣਾ ਕੋਈ ਗਲਤ ਉਹਦੇ ਬਾਰੇ 'ਚ ਬੋਲੀਏ, ਕਿਉਂਕਿ ਮੇਰੇ ਦਾਦਾ ਜੀ ਦਾ ਵੀ ਇਹੀ ਕਹਿਣਾ ਸੀ। ਉਹ ਲੰਬੜਦਾਰ ਔਰ ਉਹਨਾਂ ਕਿਹਾ ਯਾਰ ਜਿਹੜੇ ਬੰਦੇ ਨੂੰ ਤੁਸੀਂ ਇੱਕ ਵਾਰੀ ਮੂੰਹ 'ਚੋਂ ਚੰਗਾ ਕਹਿ ਦਿੱਤਾ ਉਹਨੂੰ ਬਾਅਦ 'ਚ ਬੁਰਾ ਤੁਸੀਂ ਕਹਿੰਦੇ ਹੋ, ਠੀਕ ਹੈ, ਅਤੇ ਇਹ ਉਸੇ ਮੂੰਹ ਨਾਲ ਹੀ ਕਹੋਗੇ ਬੁਰਾ, ਨਹੀਂ ਇਹ ਕੰਮ ਨਹੀਂ ਚੰਗਾ। ਔਰ ਦੋਸਤੋ ਮੇਰੇ ਵਾਲਦ ਸਾਹਿਬ ਵੀ ਤਰਬੀਅਤ ਹੀ ਨਹੀਂ ਹੈ, ਘਰ 'ਚੋਂ ਹੀ ਨਹੀਂ ਤਰਬੀਅਤ ਮਿਲੀ, ਔਰ ਫਿਰ ਚੋਰੀ ਚਕਾਰੀ ਦੀ ਜਾਂ ਬੇਈਮਾਨੀ ਦੀ ਜਾਂ ਕਿਸੇ ਦੇ ਮਨ 'ਚ ਖਿਆਨਤ ਕਰਨ ਦੀ ਇਹ ਤਰਬੀਅਤ ਨਹੀਂ ਸਾਨੂੰ ਹੋਈ। ਮੇਰੇ ਵਾਲਦ ਸਾਹਿਬ ਖੁਦ SDO ਸਾਨੂੰ ਵਾਪਰਤਾ, ਠੀਕ ਹੈ, ਅਤੇ ਮੈਨੂੰ ਨਾ ਦਿੱਲੀ ਤੌਰ 'ਤੇ ਬੜਾ ਦੁੱਖ ਹੋਇਆ। ਮੈਂ ਪਿਛਲੀ ਮੂਵੀ 'ਚ ਕਿਹਾ ਵੀ ਇਹ ਦੋਸਤ ਬੜੇ ਸਿਆਣੇ ਨੇ, ਬੜੇ ਪਿਆਰੇ ਨੇ, ਜਿਹੜੇ ਮੈਨੂੰ ਦੇਖਦੇ ਨੇ ਜਾਂ ਸੁਣਦੇ ਨੇ, ਔਰ ਹਰ ਇੱਕ ਨੂੰ ਪਤਾ ਬਾਬਾ ਜੀ ਨੂੰ ਲੈ ਕੇ ਇੱਥੋਂ ਤੱਕ ਕੌਣ ਆਇਆ। ਦੋਸਤੋ ਲਾਰੀ ਅੱਡੇ ਤੋਂ ਚੁੱਕਿਆ ਅਤੇ ਜਹਾਜ਼ 'ਚ ਬਹਾਤਾ, ਅਸਮਾਨਾਂ 'ਤੇ ਚਾੜ ਦਿੱਤਾ ਇਹਨੂੰ। ਇੱਕ ਲਾਰੀ ਅੱਡੇ ਦੇ ਵਿੱਚ 200-300 ਦਾ ਕਬੂਤਰ ਖਰੀਦਣ ਵਾਲਾ ਬੰਦਾ, ਮੈਂ ਫਿਰ ਵੀ ਯਕੀਨ ਕਰੋ ਗੱਲਾਂ ਕਰਨੀਆਂ ਉਹਦੇ ਬਾਰੇ 'ਚ, ਮੈਨੂੰ ਇਹ ਵੀ ਗਲਤ ਫੀਲ ਹੋ ਰਿਹਾ, ਮੈਨੂੰ ਆਪਣੇ ਆਪ ਮੇਰਾ ਜ਼ਮੀਰ ਹੀ ਨਹੀਂ ਮੰਨਦਾ ਕਿ ਮੈਂ ਇਹ ਕਮਾਂ। ਲੇਕਿਨ ਕੀ ਹੈ ਯਾਰ, ਸਾਰੀ ਇੱਕ ਜ਼ਿੰਦਗੀ ਤੁਹਾਡੀ ਇਹ ਸਾਸਾ ਹੁੰਦਾ ਕਿ ਯਾਰ ਤੁਹਾਡੀ ਇਹ ਮੈਂ ਚਿੱਟੇ ਕੱਪੜੇ ਕਿਉਂ ਪਾਉਣਾ ਸ਼ੁਰੂ ਤੋਂ ਕਿ ਦਾਗ ਨਾ ਲੱਗੇ। ਇਹ ਤੁਸੀਂ ਚਿੱਟੇ ਕੱਪੜੇ ਪਾ ਕੇ ਜਾਂਦੇ ਹੋ ਨਾ ਬਾਹਰ, ਅਤੇ ਜਨਾਬ ਇਹ ਬਚਾ ਕੇ ਲਿਆਉਣਾ ਘਰ ਤੱਕ ਬੜਾ ਮੁਸ਼ਕਲ ਕੰਮ, ਠੀਕ ਹੈ, ਤੁਸੀਂ ਅੰਬ ਖਾਂਦੇ ਹੋ ਦਾਗ ਲੱਗ ਜਾਂਦਾ, ਕਿੱਡਾ ਬੁਰਾ ਲੱਗਦਾ ਦਾਗ, ਇੰਝ ਤੁਹਾਡੀ ਜ਼ਿੰਦਗੀ 'ਤੇ ਇੱਕ ਦਾਗ ਲੱਗਦਾ ਜਿਹੜਾ ਬਾਬਾ ਜੀ ਸਾਨੂੰ ਲਾਉਣ ਨੂੰ ਤੁਰਦੇ ਪਏ ਨੇ। ਲੇਕਿਨ ਇਹ ਕੰਮ ਨਹੀਂ, ਗਲਤ ਹੈਗਾ। ਇਹ ਦੋਸਤੋ ਫੈਸਲਾ ਤੁਸੀਂ ਕਰਨਾ ਕਿ ਮੈਂ ਸਹੀ ਹਾਂ ਜਾਂ ਬਾਬਾ ਜੀ ਸਹੀ ਹੈ।
ਬਾਬਾ ਜੀ ਨੇ ਬੜਾ ਧਾਵਣ ਕੀਤਾ ਔਰ ਫਿਰ ਇਹ ਕਹਿੰਦੇ ਨੇ ਮੂੰਹ ਆਪਣੇ ਕਈ ਮੂਵੀਆਂ ਜਿੰਨਾ ਕਿਹਾ ਸੁਲੇਮਾਨ ਜਦ ਹੀ ਸਾਹਿਬ ਇਸ ਗੱਲ ਦੇ ਗਵਾਹ ਨੇ, ਹਰ ਬੰਦਾ ਇਸ ਗੱਲ ਦਾ ਗਵਾਹ, ਜ਼ਬੈਰ ਗਵਾਹ। ਇਹਨੇ ਕਿਹਾ ਯਾਰ ਸੁਲੇਮਾਨ ਮੇਰੇ 82 ਸਾਲ ਇੱਕ ਤਰਫ ਅਤੇ ਜਿਹੜਾ ਜ਼ਿੰਦਗੀ ਦਾ ਇੱਕ ਸਾਲ ਤੇਰੇ ਨਾਲ ਲੰਘਿਆ ਨਾ, ਇਹ ਭਾਰਾ ਹੋਇਆ, ਇਹ ਬਹੁਤ ਬਦਨੀ ਹੈ, ਕਿਉਂਕਿ ਬਹੁਤ ਤੂੰ ਮੈਨੂੰ ਹਸਾਇਆ ਖਿਡਾਇਆ, ਬੜਾ ਮੇਰੇ ਨਾਲ ਸ਼ੁਕਰ ਲਾਇਆ, ਬੜੇ ਮੈਨੂੰ ਤੂੰ ਪੈਸੇ ਕਮਾ ਕੇ ਦਿੱਤੇ ਨੇ, ਬੜੇ ਮੇਰੇ। ਯਾਰ ਦੇਖੋ ਇਹਨੂੰ ਹਰ ਚੀਜ਼ ਪੈਸੇ ਨਹੀਂ ਹੁੰਦਾ, ਮੈਂ ਅਗਰ ਲੈ ਰਿਹਾ ਮੈਂ ਆਪਣੇ ਨਸੀਬ ਲੈ ਰਿਹਾ, ਇਹ ਅਗਰ ਆਪਣੇ ਨਸੀਬ ਲੈ ਰਿਹਾ ਮੈਂ ਨਹੀਂ ਇਹਦੇ 'ਤੇ, ਇਹ ਕਿਉਂ ਲੈ ਰਿਹਾ, ਇਹ ਕਿਉਂ ਕਮਾ ਰਿਹਾ। ਯਾਰ ਹਜ਼ਾਰਾਂ ਦੁਕਾਨਾਂ ਹੁੰਦੀਆਂ ਰਾਹ 'ਚ ਦੁਕਾਨਾਂ, ਹਰ ਇੱਕ ਨੇ ਆਪਣੇ ਨਸੀਬ ਲੈਣੇ ਨੇ, ਮੈਂ ਅਗਰ ਲੈਣਾ ਤਾਂ ਮੈਂ ਆਪਣਾ ਨਸੀਬ ਲੈਣਾ। ਲੇਕਿਨ ਇਹਦਾ ਜ਼ਰ ਵੇਖੋ ਤੁਸੀਂ, ਇਹ ਬਜ਼ੁਰਗ ਦਾ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਫਿਰ ਵੀ ਬਜ਼ੁਰਗ ਹੀ ਕਹਾਂਗਾ ਕਿ ਯਾਰ ਪੈਸਾ 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 ਹਰ ਪਾਸੇ ਪੈਸਾ, ਉਹ ਲਾਈਨ ਬਰੀਡ ਮੈਂ ਤੇਰੇ ਕੋਲ ਕਾਹਲੀ ਲੈਣੀ ਹੈ। ਯਾਰ ਮੇਰੇ ਉਸਤਾਦਾਂ ਨੇ ਮੈਨੂੰ ਸਾਰਾ ਕੁਝ ਦਿੱਤਾ, ਮੈਨੂੰ ਅੱਲਾਹ ਸੋਹਣੇ ਨੇ ਬੜਾ ਕੁਝ ਦਿੱਤਾ, ਮੈਂ ਤੇਰੇ ਕੋਲ ਕਾਹਲੀ ਲੈਣ ਬਰੀਡ, ਤੇਰੇ ਤਾਂ ਆਪਣੀ ਲੈਣ ਬਰੀਡ ਖਰਾਬ ਹੈ, ਜਿਹੜਾ ਲੋਕਾਂ 'ਤੇ ਤੂੰ ਤਾਂ ਲਾਉਣਾ ਵੈਂ, ਲੋਕਾਂ ਨਾਲ ਗੱਲਾਂ ਕਰਨਾ ਵੈਂ ਯਾਰ ਤੂੰ। ਫਿਰ ਤੂੰ ਕਹਿੰਦਾ ਮੀਡੀਆ ਮੀਡੀਆ ਮੀਡੀਆ, ਗੱਲ ਸੁਣ ਮੇਰੀ, ਤੂੰ ਲੋਕਾਂ ਨੂੰ ਬੁਲਾ ਕੇ ਮੀਡੀਆ ਮੀਡੀਆ ਕਰਨਾ ਵੈਂ, ਤਾਂ ਮੈਂ ਤਾਂ ਮੇਰੇ ਤਾਂ ਕੋਲ ਹੈ, ਆਪਣੇ ਕੋਲ ਮੀਡੀਆ, ਠੀਕ ਹੈ ਤੂੰ, ਮੈਂ ਤੂੰ ਨਾ ਕਵਾਂ, ਸੋਰੀ ਲਫਜ਼ ਗਲਤ ਹੈ, ਲੇਕਿਨ ਪਤਾ ਕੀ ਚੀਜ਼ ਹੈਗਾ, ਇੱਕ ਦੁੱਖ ਹੁੰਦਾ ਦਿਲੀ ਤੌਰ 'ਤੇ ਦੁੱਖ, ਮੈਂ ਮੂਵੀ ਨਹੀਂ ਸੀ ਬਣਾਉਣਾ ਚਾਹੁੰਦਾ, ਬਹੁਤ ਸਾਰੇ ਦੋਸਤਾਂ ਨੇ ਕਿਹਾ ਮੈਂ ਇਸ ਵਜ੍ਹਾ ਤੋਂ ਬਣਾ ਰਿਹਾ, ਕਿਉਂ ਲੋਕ ਇਹ ਨਾ ਕਹਿਣ ਕਿ ਸੁਲੇਮਾਨ ਗਿਲਟੀ ਹੈ। ਅਗਰ ਮੈਂ ਕਿਸੇ ਦੇ ਪੈਸੇ ਬਾਬਾ ਜੀ ਨੇ ਬਾਬਾ ਜੀ ਦੇ ਨਾਂ ਦੇ ਦਿੱਤੇ ਹੋਣ ਕਿਸੇ ਨੇ, ਮੈਂ ਉਹਦਾ ਜੁਰਮਦਾਰ। ਉਹ ਕਹਿ ਸਕਦਾ ਕਿ ਯਾਰ ਬਾਬਾ ਜੀ ਦੇ ਨਾਂ 'ਤੇ ਮੈਂ ਪੈਸੇ ਦਿੱਤੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦਿੱਤੇ। ਮੀਡੀਆ ਯਾਰ ਅੱਜ ਕੱਲ੍ਹ ਮੀਡੀਆ 'ਚ ਕੌਣ ਛੁਪ ਸਕਦਾ, ਅੱਜ ਗੱਲ ਕੱਢੋ ਮੂੰਹ ਕੱਲ੍ਹ ਫੜਿਆ ਜਾਂਦਾ ਬੰਦਾ, ਅਤੇ ਕਿਉਂ ਇਹੋ ਜਿਹਾ ਮੈਂ ਕੰਮ ਕਰਨਾ, ਮੈਨੂੰ ਵੀ ਜ਼ਰੂਰਤ। ਨਾਲੇ ਤੁਸੀਂ ਸਾਰੇ ਇਹ ਫੈਸਲਾ ਕਰੋ, ਮੇਰੀ ਇਹ ਪਰਸਨੈਲਿਟੀ, ਮੇਰੀ ਇਹ ਗੱਲਬਾਤ ਹੈ ਵੀ ਕਿ ਮੈਂ ਇਹਦੇ ਗੋਡੇ ਫੜਾਂਗਾ, ਇਹਦੇ ਪੈਰ ਫੜਾਂਗਾ, ਅਲਹਮਦੁਲਿਲਾਹ। ਤੇ ਕਮੈਂਟ ਜ਼ਰੂਰ ਕਰਿਓ ਜੀ, ਕਮੈਂਟ ਸੁਣਾ ਪਤਾ। ਵਾਲੇਕੁਮ ਅਸਲਾਮ, ਵਾਲੇਕੁਮ ਸਲਾਮ, ਲਾਈਨ ਬਰੀਡ ਦਾ ਤੈਨੂੰ ਪਤਾ ਹੀ ਕੋਈ ਨਹੀਂ ਹੈਗਾ, ਇਹਨੂੰ ਤਾਂ ਕਿਸੇ ਚੀਜ਼ ਦਾ ਨਹੀਂ ਪਤਾ, ਠੀਕ ਹੈ। ਸਲੀਮ ਕਸਾਈ ਦਾ ਬੇਟਾ, ਠੀਕ ਹੈ, ਸਰਗੋਦੇ ਵਾਲੇ ਦਾ ਜਿਹੜਾ ਫੌਤ ਹੋ ਗਿਆ ਸਲੀਮ ਕਸਾਈ, ਉਹਦੇ ਮੁੰਡੇ ਨਾਲ ਮੇਰੀ ਸਮਝੋ ਕੋਈ ਗੱਲ ਹੁੰਦੀ ਰਹਿੰਦੀ ਮਨਛੇ ਨਾਲ, ਯਕੀਨ ਕਰੋ ਉਹਨਾਂ ਮੇਰੇ ਇਹਦੇ ਬਾਰੇ 'ਚ ਕਈ ਗੱਲਾਂ ਕੀਤੀਆਂ, ਪਰ ਮੈਂ ਨਹੀਂ ਦੱਸਣਾ ਚਾਹੁੰਦਾ, ਮੈਂ ਕਰਨਾ ਹੀ ਨਹੀਂ ਚਾਹੁੰਦਾ ਮੀਡੀਆ ਦਾ, ਪਤਾ ਕਿਉਂ, ਗੱਲ ਕਰਾਂਗੇ ਅਤੇ ਐਵੇਂ ਫਿਰ ਲੰਮੀਆਂ ਗੱਲਾਂ ਹੋ ਜਾਣਗੀਆਂ। ਅਤੇ ਮੇਰਾ ਤਾਂ ਇਹ ਕਹਿਣਾ ਕਿ ਅੱਲਾ ਇਹਨੂੰ ਹਦਾਇਤ ਦੇਵੇ, ਬਸ ਇਹਨੂੰ ਅੱਲਾ ਹਦਾਇਤ ਦੇਵੇ। ਹਾਂ ਮੈਂ ਹਾਲੇ ਵੀ ਕਹਾਂਗਾ, ਜੈਦੀ ਸਾਹਿਬ ਨੇ ਇਹਨੂੰ ਕਿਹਾ ਯਾਰ ਤੂੰ ਪ੍ਰੂਫ ਦੇ, ਪ੍ਰੂਫ ਦੇ ਕਿ ਸੁਲੇਮਾਨ ਨੇ ਤੇਰੇ ਪੈਸੇ ਖਾਧੇ ਜਾਂ ਕੋਈ ਐਸੀ ਗੱਲ ਕੀਤੀ ਹੈ, ਅਤੇ ਉਹ ਜਨਾਬ ਮੈਂ ਡਬਲ ਦਾਂਗਾ ਪੈਸੇ, ਤੂੰ ਸੁਲੇਮਾਨ ਨੂੰ ਨਹੀਂ ਪੁੱਛਣਾ। ਅਰਸ਼ਦ ਭੈਣ ਨੇ ਕਿਹਾ ਇਹਨੂੰ, ਉਹਨੇ ਕਿਹਾ ਤੂੰ ਬਾਬਾ ਕੋਈ ਪ੍ਰੂਫ ਦੇ ਅਤੇ ਫਿਰ ਅਸੀਂ ਮੰਨਾਂ। ਉਹ ਯਾਰ ਕੋਈ ਹੋਵੇ ਤਾਂ ਫਿਰ ਹੈ ਨਾ, ਹੋਵੇ ਤਾਂ ਫਿਰ ਨਾ, ਜਦੋਂ ਹੈ ਹੀ ਕੋਈ ਚੀਜ਼ ਨਹੀਂ ਹੈ। ਦੇਖੋ ਗੱਲ ਇਹ ਵੇ ਕਿ ਸਿਰਫ ਇਹਦੇ ਕੋਲ ਹੈਗਾ ਕੁਛ ਨਹੀਂ, ਪੁੱਛਿਆ ਇਹਨੂੰ ਕਿ 10 ਦੁਨੀਆ ਨੂੰ ਐਵੇਂ ਟਰੱਕ ਦੀ ਬੱਤੀ ਮਗਰ ਲਾਏ, ਲਾਈਨ ਬਰੀਡ ਲਾਈਨ ਬਰੀਡ, ਬੜਾ ਹੋ ਗਿਆ ਕਾਕਾ ਝਾਕਾ ਦੁਨੀਆ ਨੂੰ ਦੇ ਦੇ ਦਿੱਤਾ ਤੂੰ, ਅਤੇ ਹੁਣ 10 ਆ ਕੇ, ਠੀਕ ਹੈ, ਬੜੇ ਸਾਲ ਤੂੰ ਕਾਕਾ ਝਾਕਾ ਦਿੱਤਾ ਹੈ ਤਾਂ ਹੁਣ ਆ ਕੇ 10 ਲੋਕਾਂ ਨੂੰ, ਇਹਦੇ ਕੋਲ ਹੋਏਗਾ ਤਾਂ ਦੱਸੇਗਾ ਨਾ। ਉੱਥੋਂ ਬਸ ਥੋੜ੍ਹਾ ਜਿਹੀ ਖਰਾਬੀ ਪੈ ਗਈ ਕਿ ਲਾਈਨ ਬਰੀਡ ਮੇਰੇ ਕੋਲ ਪੁੱਛਦਾ, ਮੈਂ ਆਪਣੇ ਵਾਸਤੇ ਕੀ ਪੁੱਛਣਾ ਲੋਕਾਂ ਨੂੰ, ਦੱਸ ਲਾਈਨ ਬਰੀਡ ਕਾਹਦੀ ਹੁੰਦੀ ਹੈ, ਕਾਹਦੀ ਕਬੂਤਰ, ਅੱਛਾ ਕਬੂਤਰ, ਬਸ ਅਸੀਂ 3-4-5.6 ਪੁਆਇੰਟ ਦੱਸੇ ਨੇ ਅਸੀਂ ਆਪਣੇ ਕੋਲੋਂ, ਔਰ ਲੋਕਾਂ ਨੇ ਆਪਣੇ ਕੁੱਡਿਆਂ 'ਚ ਜਾ ਕੇ ਵੇਖੇ ਨੇ ਕਬੂਤਰ, ਯਾਦ ਹੈ ਬਹੁਤ ਅੱਛੇ ਸੁਲੇਮਾਨ ਨੇ ਸਾਨੂੰ ਪੁਆਇੰਟ ਦੱਸੇ ਨੇ। ਇਹਨੇ ਜੇ ਇੱਕ ਵੀ ਦੱਸਿਆ ਤਾਂ ਦੋਸਤੋ ਤੁਸੀਂ ਦੱਸੋ, ਇਹਨੇ ਜੇ ਕੋਈ ਇੱਕ ਪੁਆਇੰਟ ਵੀ ਦੱਸਿਆ ਤਾਂ ਫਿਰ ਦੱਸੋ। ਮੈਂ ਤਾਂ ਲੰਮੇ ਜੋੜਾਂ 'ਤੇ ਵੀ ਗੱਲ ਕੀਤੀ ਹੈ, ਮਾਸ ਟਾਇਟ ਹੋਣਾ ਚਾਹੀਦਾ ਪੇਟ ਕਬੂਤਰ ਦਾ, ਜੋੜ ਮਜ਼ਬੂਤ ਹੋਣੇ ਚਾਹੀਦੇ, ਹੱਡੀ ਇੰਜ ਦੀ ਹੋਣੀ ਚਾਹੀਦੀ, ਪਰ ਇੰਜ ਦੀ ਹੋਣੀ ਚਾਹੀਦੀ, ਮੈਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੱਸ ਬੈਠਾ ਵਾਂ ਆਪਣੀਆਂ ਮੂਵੀਆਂ 'ਚ। ਇਹਨੇ ਕੋਈ ਇੱਕ ਪੁਆਇੰਟ ਵੀ ਦੱਸਿਆ ਤਾਂ ਫਿਰ ਗੱਲ ਕਰੋ,
ਕਈਆਂ ਦੋਸਤਾਂ ਦੇ ਰਾਤੀ ਬਹੁਤ ਸਾਰੇ ਕਮੈਂਟਸ ਸੁਣੇ ਨੇ, ਮੈਂ ਵੇਖੇ ਨੇ। ਯਕੀਨ ਕਰੋ ਮੂਵੀ ਨੇ ਮੈਂ ਪੂਰੀ ਸੁਣੀ, ਯਕੀਨ ਮੈਂ ਕਦੀ ਕਿਸੇ ਦਾ ਚੈਨਲ ਵੇਖਿਆ ਹੀ ਨਹੀਂ। ਲੋਕ ਕਹਿਣਗੇ ਯਾਰ ਹੋਰ ਸਾਰੀਆਂ ਨਕਲਾਂ ਮਾਰਦਾ, ਇਸ ਵਜ੍ਹਾ ਤੋਂ ਵੀ ਨਹੀਂ ਦੇਖਦਾ ਮੈਂ। ਲੇਕਿਨ ਦਿਲ ਖੁਸ਼ ਕਰਤਾ, ਰੂਹ ਰਾਜ਼ੀ ਕਰਤਾ ਦੋਸਤਾਂ ਨੇ। ਰਾਤੀ ਕਮੈਂਟਸ ਪੜ੍ਹੇ, ਸੁਬਹਾ ਵੀ ਪੜ੍ਹੇ ਨੇ ਦੋਸਤਾਂ ਦੇ। ਲੇਕਿਨ ਉਹਨਾਂ ਦੱਸ ਦਿੱਤਾ ਕਿ ਯਾਰ ਬਾਬਾ ਕੀ ਹੈ ਤਾਂ ਸੁਣ ਲਾ। ਬਸ ਮੈਂ ਇਸ ਤੋਂ ਅੱਗੇ ਕੋਈ ਗੱਲਾਂ ਬਾਤਾਂ ਨਹੀਂ ਕਰਨਾ ਚਾਹੁੰਦਾ। ਪਤਾ ਕਿਉਂ? ਫਿਰ ਇੱਕ ਲੰਮੀ ਗੱਲ ਹੋ ਜਾਏਗੀ, ਬਾਤ ਹੋ ਜਾਏਗੀ। ਕਿਉਂਕਿ ਮੇਰੇ ਕੋਲ ਇੱਕ ਐਸੀ ਮੂਵੀ ਪਈ ਦੋਸਤੋ, ਸਰਦੀਆਂ 'ਚ ਬਣੀ ਸੀ, ਇਹਦੇ ਖਿਲਾਫ਼ ਮੈਂ ਇਹਦੇ ਖਿਲਾਫ਼ ਬੜੇ ਮੁਹਾਜ਼ਾਂ 'ਤੇ ਲੜਿਆ ਵਾਂ, ਬੜੇ ਮੁਹਾਜ਼ਾਂ 'ਤੇ ਗੱਲਬਾਤ ਕੀਤੀ ਲੋਕਾਂ ਨਾਲ। ਜੰਗ ਹੀ ਹੁੰਦੀ ਨਾ, ਕਿਸੇ ਨੂੰ ਸਮਝਾਉਣਾ, ਉਹ ਨਾ ਸਮਝੇ ਉਹਨੂੰ ਤਰੀਕੇ ਨਾਲ ਸਮਝਾਉਣਾ, ਕੁਝ ਸਮਝਾ ਕੇ ਇੱਧਰ ਉੱਧਰ ਦੀਆਂ ਗੱਲਾਂ ਬਹੁਤ ਸਾਰੀਆਂ। ਇਹਦੇ ਮੈਂ ਇਹੋ ਹੀ ਤਾਂ ਕਹਿੰਦਾ ਵਾਰ ਵਾਰ, ਮੈਂ ਕਹਿੰਦਾ ਬਾਬਾ ਜੀ, ਬਾਬਾ ਜੀ, ਅਗਰ ਤੁਹਾਡਾ ਬੇਟਾ ਮੇਰੀ ਜਗ੍ਹਾ 'ਤੇ ਹੁੰਦਾ ਤਾਂ ਉਹਨੇ ਵੀ ਨਹੀਂ ਸੀ ਇੰਨਾ ਕੰਮ ਕਰਨਾ, ਠੀਕ ਹੈ ਨਾ? ਔਰ ਤੁਸੀਂ ਮੰਨਦੇ ਵੀ ਇਸ ਗੱਲ ਨੂੰ, ਬਾਬਾ ਜੀ ਤੁਸੀਂ ਮੰਨਦੇ ਵੀ ਇਸ ਗੱਲ ਨੂੰ ਕਿ ਮੇਰਾ ਬੇਟਾ ਵੀ ਹੁੰਦਾ ਅਤੇ ਉਹਨੇ ਨਹੀਂ ਗਾ ਕੇ ਇੰਨਾ ਕੰਮ ਕਰਨਾ ਜੋ ਤੂੰ ਮੇਰੇ ਨਾਲ ਕੀਤਾ ਤਾਂ, ਠੀਕ ਹੈ? ਅਤੇ ਮੇਰੇ ਖਿਆਲ 'ਚ ਤਾਂ ਇਹ ਕਾਫੀ ਹੈ। ਅਤੇ ਬਾਕੀ ਜੇ ਰਹੀ ਗੱਲ, ਤਾਂ ਮੂਵੀ ਮੇਰੇ ਕੋਲ ਪਈ ਸਰਦੀਆਂ ਵਾਲੀ, ਕਿਉਂਕਿ ਉਹਦੇ ਵਿੱਚ ਮੈਂ ਕੋਈ ਐਡਿਟ ਤਾਂ ਨਹੀਂ ਕਰ ਸਕਦਾ ਬੰਦਿਆਂ ਨੂੰ, ਉਹ ਸਰਦੀਆਂ ਦੀ ਪਈ, ਮੈਂ ਰੋਕ ਕੇ ਰੱਖੀ ਹੋਈ ਸੀ। ਮੈਨੂੰ ਪਤਾ ਸੀ ਇਹਦਾ, ਮੈਨੂੰ ਇਸ ਗੱਲ ਦਾ ਪਤਾ ਸੀ ਬਾਬੇ ਨੇ ਨਾ, ਅਤੇ ਪਿੱਛੋਂ ਮੈਨੂੰ ਪਤਾ ਹੈਗਾ ਇਹਦਾ ਜਿੱਥੋਂ ਤੁਰੇ ਆ, ਮੈਨੂੰ ਇਹਦਾ ਪਿੱਛੋਂ ਪਤਾ ਸੀ ਕਿ ਇਹਦਾ ਕੀ ਪਿੱਛੋਂ ਸ਼ਿਜਰਾ ਅਤੇ ਕੀ ਗੱਲਬਾਤ ਕਰੇਗਾ ਮੇਰੇ ਨਾਲ। ਮੈਂ ਉਹ ਸੰਭਾਲ ਕੇ ਰੱਖੀ ਹੈ, ਜੇ ਜ਼ਰੂਰਤ ਪਈ ਤਾਂ, ਜ਼ਰੂਰਤ ਪਈ ਤਾਂ ਮੈਂ ਜ਼ਰੂਰ ਲਾਵਾਂਗਾ। ਔਰ ਜੇ ਮੈਂ ਦੋਸਤਾਂ ਨੇ ਕਮੈਂਟ ਕੀਤੇ ਕਿ ਯਾਰ ਉਹ ਲਾਓ ਜ਼ਰੂਰ, ਔਰ ਫਿਰ ਉਹ ਲੱਗ ਗਈ ਨਾ, ਅਤੇ ਬਾਬਾ ਜੀ ਫਿਰ ਕੰਮ ਤਾਂ ਖਰਾਬ ਹੀ ਹੈ, ਕੰਮ ਤਾਂ ਖਰਾਬ ਹੀ ਹੈ, ਅਤੇ ਔਰ ਮਜ਼ੀਦ ਖਰਾਬ ਹੋਏਗਾ ਉਹਦੇ ਨਾਲ ਕੰਮ। ਉਹ ਜਿਹੜੀ ਮੂਵੀ ਮੈਂ ਲਾ ਦਿਆਂਗਾ ਨਾ, ਜਿਹੜੀ ਮੂਵੀ ਮੈਂ ਲਾਵਾਂਗਾ, ਅਤੇ ਬਾਬਾ ਜੀ ਜੀ ਨਹੀਂ ਫਿਰ ਰਹੇਗੀ, ਬਾਬਾ ਜੀ ਰਹੇਗਾ ਸਾਰਾ, ਅਤੇ ਫਿਰ ਕੰਮ 130 'ਤੇ ਚੱਲੇਗਾ। ਹਾਂਜੀ, ਉਹ ਜਿਹੜੇ ਬੰਦਿਆਂ ਦੀ ਮੂਵੀ ਹੈ ਨਾ, ਔਰ ਜਿੱਥੇ ਜਿੱਥੇ ਅਸੀਂ ਜੋੜੇ ਲਾਏ ਨੇ, ਅਸੀਂ ਤਾਂ ਆਪਣਾ ਅੱਲਾ ਦੀ ਮਿਹਰਬਾਨੀ ਨਾਲ ਮੂਵੀਆਂ 'ਚ ਬਣਾਵਾਂ ਵੀ ਕਰਾਂਗੇ, ਆਪਣਾ ਲਾਈਫ ਲਾਵਾਂ ਕਰਾਂਗੇ, ਜਿੱਥੇ ਜਿੱਥੇ ਜੋੜੇ ਲਾਏ ਨੇ ਉਹ ਦੱਸਣ ਕਰਾਂਗੇ ਯਾਰ ਸਾਡੇ ਜੋੜਿਆਂ ਦੀ ਕੀ ਪਰਫੋਰਮੈਂਸ ਹੈ, ਅਤੇ ਬਾਬੇ ਦੇ ਜੋੜਿਆਂ ਦੀ ਕੀ ਪਰਫੋਰਮੈਂਸ ਹੈ। ਅਤੇ ਬਾਬਾ ਜੀ ਹੁਣ ਦੁੱਧ ਤਾਂ ਦੁੱਧ ਅਤੇ ਪਾਣੀ ਦਾ ਪਾਣੀ। ਔਰ ਫਿਰ ਮੈਂ ਫਿਰ ਗੱਲ ਦੋਸਤਾਂ ਨੂੰ ਇਹ ਕਹਾਂਗਾ, ਜਿੰਨੇ ਬਾਬੇ ਦੇ ਨਾਂ 'ਤੇ ਪੈਸੇ ਘੱਲੇ ਨੇ, ਉਹ ਬਾਬਾ ਜੀ ਨੂੰ ਦੱਸੋ, ਮੈਨੂੰ ਦੱਸੋ, ਕਮੈਂਟ 'ਚ ਦੱਸੋ ਕਿ ਯਾਰ ਅਸੀਂ ਤਾਂ ਬਾਬਾ ਜੀ ਦੇ ਪੈਸੇ ਘੱਲੇ ਸਨ, ਅਤੇ ਤੁਸੀਂ ਕਿਉਂ ਨਹੀਂ ਦਿੱਤੇ? ਅਤੇ ਇਹੋ ਜਿਹੇ ਦਾ ਕੰਮ ਹੋ ਨਹੀਂ ਸਕਦਾ ਕਦੀ ਜ਼ਿੰਦਗੀ 'ਚ, ਸੁਲੇਮਾਨ ਕੋਈ ਮਨ 'ਚ ਖਿਆਨਤ ਕਰੇ। ਇਹਦੇ ਨਾਲ ਬਹਿ ਕੇ ਵੀ ਮੂਵੀ ਬਣਾਈ ਹੈ ਬਾਬੇ ਦੇ ਨਾਲ, ਅਸੀਂ ਉਸ 'ਤੇ ਵੀ ਵਿੱਚ ਕਿਹਾ ਕਿ ਯਾਰ ਬਾਬਾ ਜੀ ਅਸੀਂ ਮਨ 'ਚ ਖਿਆਨਤ ਕਰਨ ਵਾਲੇ ਬੰਦੇ ਨਹੀਂ। ਅਤੇ ਦੋਸਤੋ ਚੱਲਦੇ ਹਾਂ ਜ਼ਬੈਰ ਸਾਹਿਬ ਵੱਲ, ਅਤੇ ਗੱਲਾਂ ਕਾਫੀ ਹੋ ਗਈਆਂ ਨੇ, ਅਤੇ ਬਸ ਮੈਂ ਤਾਂ ਕਹਾਂਗਾ ਫੈਸਲਾ ਵਾਮ ਦੇ ਅੱਗੇ ਹੀ ਹੈ, ਵਾਮ ਜੋ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੈ। ਵਾਮ ਆਪੇ ਕਮੈਂਟ 'ਚ ਸਾਰਾ ਕੁਝ ਦੱਸ ਦਿੰਦੀ ਕਿ ਇਹ ਗੱਲ ਅਤੇ ਇਹ ਬਾਤ ਹੈ, ਠੀਕ ਹੈ ਨਾ ਜੀ? ਦੋਸਤੋ ਗੱਲ ਪਤਾ ਕੀ ਹੈਗੀ ਹੈ, ਬੜੇ ਦੋਸਤ ਕਹਿੰਦੇ ਨੇ, ਕਮੈਂਟਸ ਵੀ ਆਉਂਦੇ ਨੇ ਕਿ ਬਾਬਾ ਜੀ ਨੇ ਕਵਰ 'ਚ ਲੈ ਕੇ ਜਾਣਾ, ਅਤੇ ਨਾਲੇ ਫਿਰ ਅੱਛਾ ਇਨਕਸ਼ਾਫ ਵੀ ਕਰਦਾ ਕਿ ਕਹਿੰਦਾ ਯਾਰ ਹੁਣ ਤਾਂ ਬੋਨਸ ਦੇ ਦਿਨ ਨੇ। ਉਹ ਬੋਨਸ ਦੇ ਦਿਨ ਨੇ ਤਾਂ ਅੱਲਾ ਦੇ ਬੰਦਿਆ, ਅਸੀਂ ਤਾਂ ਪੁੱਛਣਾ ਹੀ ਨਹੀਂ ਤੇਰੇ ਕੋਲ, ਸਾਡੇ ਕੋਲ ਤਾਂ ਹੈਗਾ। ਉਹ ਲੋਕਾਂ ਨੂੰ ਤਾਂ ਅੱਲਾ ਦੇ ਬੰਦੇ ਦੱਸ, ਅੱਲਾ ਦੇ ਨੇਕ ਬੰਦੇ ਲੋਕਾਂ ਨੂੰ ਦੱਸ, ਬਾਬਾ ਜੀ ਲੋਕਾਂ ਨੂੰ ਦੱਸੋ ਹੁਣ ਤੁਹਾਡੇ ਗਲੇ 'ਚ ਨਾ ਹੱਡੀ ਲਟਕ ਗਈ ਹੈ, ਹੱਡੀ ਤਲਵਾਰ ਲਟਕ ਗਈ ਹੈ, ਤੁਹਾਨੂੰ ਮੈਂ ਉਸ ਜਗ੍ਹਾ 'ਤੇ ਲਿਆ ਕੇ ਖੜ੍ਹੇ ਕਰ ਛੱਡਿਆ, ਤੁਸੀਂ ਦੱਸੋਗੇ ਤੁਹਾਡੀ ਜਾਨ ਛੁੱਟੇਗੀ। ਹਾਂਜੀ, ਤੁਸੀਂ ਆਵਾਮ ਨੂੰ ਦੱਸੋਗੇ ਤਾਂ ਤੁਹਾਡੀ ਜਾਨ ਛੁੱਟੇਗੀ, ਨਹੀਂ ਦੱਸੋਗੇ ਤਾਂ ਫਿਰ ਵੀ ਫਸੋਗੇ, ਨਹੀਂ ਦੱਸੋਗੇ। ਸੁਲੇਮਾਨ ਨੂੰ ਕਹਿੰਦੇ ਜੋੜੇ ਨਹੀਂ ਲਾਉਣੇ ਆਉਂਦੇ। ਅੱਛਾ ਗੱਲਾਂ ਤੁਹਾਡੀਆਂ, ਇਹ ਬੜੀ ਮੈਨੂੰ ਗੱਲ ਪਸੰਦ ਆਈ ਹੈ
ਕਹਿੰਦੇ ਸੁਲੇਮਾਨ ਨੂੰ ਜੋੜੇ ਨਹੀਂ ਲਾਉਂਦੇ ਆਉਂਦੇ, ਦੋਸਤ ਬੜੇ ਸਿਆਣੇ ਨੇ, ਸੁਲੇਮਾਨ ਨੂੰ ਜੋੜੇ ਨਹੀਂ ਲਾਉਂਦੇ ਲਾਉਣੇ ਆਉਂਦੇ, ਤੁਸੀਂ ਕਹਿੰਦੇ ਲਾਈਨ ਬਰੇਡ ਦਾ ਜੋੜਾ ਲੱਗਦੇ, ਫਿਰ ਕਹਿੰਦੇ ਨਾਲ ਮੇਰੇ ਬੇਟਿਓ ਨਾਲ ਮੇਰੇ ਬੇਟਿਓ ਤੁਸੀਂ ਜੋੜਾ ਲਾ ਸਕਦੇ ਹੋ, ਉਹ ਲਾ ਸਕਦੇ ਨੇ ਜਿਹਨਾਂ ਨੂੰ ਤੁਸੀਂ ਕਹਿੰਦੇ ਐਵੇਂ ਕਹੀ ਜਾਂਦੇ ਮੂਵੀ 'ਚ ਨੰਬਰ ਬਣਾਉਣ ਵਾਸਤੇ, ਉਹ ਲਾ ਸਕਦੇ, ਸੁਲੇਮਾਨ ਨਹੀਂ ਲਾ ਸਕਦਾ। ਸੁਲੇਮਾਨ ਨੂੰ ਨੌਲੇਜ ਦਿੱਤਾ ਉਸਤਾਦਾਂ ਨੇ, ਅੱਲਾ ਨੇ ਨੌਲੇਜ ਦਿੱਤਾ, ਹਾਂਜੀ ਬਾਬਾ ਜੀ ਤੁਹਾਡੇ ਨਾਲ ਇੱਧਰ ਦੇਖੋ ਪੇਚਾ ਪੈਣਾ ਹੀ ਪੈਣਾ ਸੀ, ਇਹ ਐਂਡ ਤੁਸਾਂ ਨਹੀਂ ਸੀ ਦੱਸਣਾ ਤਾਂ ਫਿਰ ਪੈਣਾ ਸੀ। ਅੱਛਾ ਹੋਰ ਵੀ ਸਰ ਨੂੰ ਕਹਿੰਦੇ ਜੋੜੇ ਲਾ ਸਕਦੇ ਹੋ, ਅਤੇ ਨਾਲ ਕਹਿੰਦੇ ਲਾਈਨ ਬਰੀਡ 'ਤੇ ਜੋੜਾ ਲੱਗਦਾ, ਕਿਹੜੀ ਲਾਈਨ ਬਰੀਡ ਅੱਜ ਤੱਕ ਦੱਸੀ ਤਾਂ ਨਹੀਂ ਜੇ, ਹਾਂਜੀ ਹੁਣ ਤੁਹਾਡੇ ਗਲੇ 'ਚ ਹੱਡੀ ਹੈ, ਲਾਈਨ ਬਰੀਡ ਦੱਸੋਗੇ ਜਾਨ ਛੁੱਟੇਗੀ, ਨਹੀਂ ਦੱਸੋਗੇ ਤਾਂ ਸਮਝੋਗੇ, ਹਾਂਜੀ ਹੁਣ ਅੱਲਾ ਦੇ ਹਵਾਲੇ ਸੁਪਰ ਮੇਲ ਹੀ ਚੱਲੇਗੀ, ਉਹ ਕਿਹੜੀ ਕਰਾਚੀ ਨੂੰ ਜਾਂਦੀ ਹੈ ਖੈਬਰ ਮੇਲ ਕਿ ਸੁਪਰ ਮੇਲ, ਉਹ ਚੱਲੇਗੀ ਹੁਣ ਬਸ, ਹੁਣ ਬਾਕੀ ਲਾਈਨ ਬਰੇਡ ਗਈਆਂ, ਹਾਂਜੀ ਇੱਧਰ ਉੱਧਰ ਦੀਆਂ ਖਤਰੇ ਦੀਆਂ ਝੰਡੀਆਂ ਗਈਆਂ ਜੀ, ਹਾਂਜੀ ਹੁਣ ਤੁਸੀਂ ਪਟੜੀ ਦੇ ਉੱਤੇ ਖੜ੍ਹੇ ਹੋ, ਅਤੇ ਅੱਲਾ ਦੀ ਮਿਹਰਬਾਨੀ ਨਾ, ਉਹ ਮੈਂ ਜਿਹੜੀ ਵਾਰ ਵਾਰ ਕਹਿੰਦਾ ਮੂਵੀ, ਉਹ ਮੂਵੀ ਲੱਗੇਗੀ ਅਤੇ ਸਾਰੇ ਕੰਮ ਸਿੱਧੇ ਹੋ ਜਾਣਗੇ, ਹਾਂਜੀ ਉਹ ਸਾਰੇ ਕੰਮ ਸਿੱਧੇ ਹੋ ਜਾਣਗੇ, ਤਾਂ ਤੁਸੀਂ ਫਿਰ ਲੱਭਣਾ ਵੀ ਨਹੀਂ ਕਿ ਬਜ਼ੁਰਗੋ ਮੇਰੇ ਹੋ, ਪਤਾ ਕੀ ਅਸਲ 'ਚ ਮੈਂ ਬਣਾਉਣੀ ਨਹੀਂ ਸੀ ਮੂਵੀ, ਮੇਰਾ ਦਮਨ ਸਾਫ਼ ਹੈ, ਮੇਰਾ ਦਮ ਸਾਫ਼, ਮੈਂ ਇਸ ਵੇਲੇ ਤਾਂ ਮੂਵੀ ਬਣਾਈ ਹੈ, ਔਰ ਜੇ ਤੁਸੀਂ ਅਗਲੀ ਵਾਰੀ ਕਹੋਗੇ ਨਾ ਤੁਹਾਡੇ ਕੋਲ ਮੀਡੀਆ ਵਾਲਿਆਂ ਨਾਲ ਮੈਨੂੰ ਕੀ, ਕੋਈ ਗੱਲ ਨਹੀਂ, ਉਹ ਵੀ ਮੇਰੇ ਦੋਸਤ ਨੇ ਭਾਈ ਨੇ ਤੁਹਾਡੇ ਕੋਲ ਆਉਂਦੇ ਨੇ ਜਾਂਦੇ ਨੇ, ਖੈਰ ਆਪਣੇ ਪੈਟਰੋਲ 'ਤੇ ਜਿਹੜਾ ਜਿਹੜਾ ਆ ਸਕਦਾ ਜਾਏ ਆਏ, ਮੈਨੂੰ ਕੋਈ ਨਹੀਂ ਰੌਲਾ, ਮੈਨੂੰ ਤਾਂ ਰੌਲਾ ਹੀ ਕੋਈ ਨਹੀਂ ਹੈਗਾ, ਤੁਸੀਂ ਤਾਂ ਗੱਲਾਂ ਇੱਕੋ ਹੀ ਕਰਨੀਆਂ ਨੇ ਅਤੇ ਮੇਰੇ ਕੋਲ ਤਾਂ ਕਈ ਗੱਲਾਂ ਨੇ, ਤੁਸੀਂ ਤਾਂ ਗੱਲ ਇੱਕ ਕਰਨੀ ਹੈ ਅਤੇ ਮੇਰੇ ਕੋਲ ਤਾਂ ਕਈ ਗੱਲਾਂ ਨੇ, ਤੁਸੀਂ ਤਾਂ ਹਰ ਮੂਵੀ 'ਚ ਕਹਿਣਾ ਸੁਲੇਮਾਨ ਪੈਸਾ ਖਾ ਗਿਆ, ਉਹ ਪਰੂਫ ਦਿਓ, ਉਹਨਾਂ ਕਹਿਣਾ ਹਰ ਬੰਦੇ ਨੇ ਕਹਿਣਾ ਪਰੂਫ ਦਿਓ, ਤੁਹਾਡੇ ਕੋਲ ਤਾਂ ਇੱਕੋ ਗੱਲ ਹੀ ਹੈ, ਅਤੇ ਮੇਰੇ ਕੋਲ ਤਾਂ ਹਜ਼ਾਰਾਂ ਗੱਲਾਂ ਨੇ ਤੁਹਾਡੀਆਂ, ਤੁਹਾਡੀਆਂ ਕਮਜ਼ੋਰੀਆਂ ਬੜੀਆਂ ਨੇ ਮੇਰੇ ਕੋਲ, ਹਾਂਜੀ ਉਹ ਤਾਂ ਮੈਂ ਕਰਾਂ ਅਤੇ ਪਤਾ ਨਹੀਂ ਕਿੱਥੇ ਦੀ ਕਿੱਥੇ ਗੱਲ ਪਹੁੰਚ ਜਾਣੀ ਹੈ। ਅੱਛਾ ਇੱਕ ਦੋਸਤੋਂ ਗੱਲ ਮੈਨੂੰ ਯਾਦ ਆ ਗਈ, ਦੁਪਹਿਰ ਸਾਹਿਬ ਵੀ ਕਾਹਲੇ ਪਏ ਨੇ, ਉਹਦੇ 2 ਮਿੰਟ ਹੋਰ ਲਾਂਗੇ। ਅੱਛਾ ਬਾਬਾ ਜੀ ਨਾ ਮੂਵੀ ਦੋਸਤਾਂ ਨੇ ਕਿਹਾ ਕਿ ਯਾਰ ਸ਼ੁਰੂ ਵੀ ਪੈਸੇ ਤੋਂ ਐਂਡ ਵੀ ਪੈਸੇ ਤੋਂ, ਪੈਸਾ ਪੈਸਾ ਪੈਸਾ, ਹਾਲਾਂਕਿ ਬਾਬਾ ਜੀ ਨਾ ਜਿਹਦੇ ਨਾਲ ਗੱਲ ਵਿਗੜੇਗੀ ਨਾ ਪੈਸੇ ਤੋਂ ਵਿਗੜੇਗੀ ਅਤੇ ਪੈਸੇ ਨਹੀਂ ਬਣੇਗੀ, ਅਤੇ ਦੋਸਤੋ ਮੈਨੂੰ ਇੰਨੀ ਕੋਈ ਹਵਸ ਨਹੀਂ ਹੈਗੀ ਪੈਸੇ ਦੀ, ਠੀਕ ਹੈ, ਕਿਉਂਕਿ ਇੱਕ ਬੇਟਾ ਮੇਰਾ ਬਾਹਰ ਹੈ ਦੁਬਈ, ਠੀਕ ਹੈ, ਇੱਕ ਇੱਥੇ ਵੇ ਟਰੈਵਲ ਏਜੰਟ ਹੈ, ਉਹ ਵੀ ਸ਼ੁਕਰ ਹੈ ਮਾਲਕ ਦਾ ਉਹਦਾ ਵੀ ਅੱਛਾ ਨਿਜ਼ਾਮ ਹੈ, ਇੱਕ ਬੇਟਾ ਮੇਰਾ ਬੈਂਕ 'ਚ ਅਸਕਰੀ ਬੈਂਕ 'ਚ, ਠੀਕ ਹੈ, ਨਿਜ਼ਾਮ ਅੱਛਾ ਮੇਰਾ ਚੱਲਦਾ, ਮੈਨੂੰ ਕੋਈ ਇਹ ਨਹੀਂ ਹੈਗਾ ਕਿ ਮੈਂ ਖਾਲੀ ਚੈਨਲ 'ਤੇ ਬੈਠਾ, ਮੈਂ ਕਈ ਦਫ਼ਾ ਮੂਵੀਆਂ 'ਚ ਕਹਿ ਵੀ ਚੁੱਕਿਆ ਕਿ ਮੇਰਾ ਖਾਲੀ ਇਹ ਨਹੀਂ ਕਿ ਮੇਰਾ ਚੈਨਲ ਦਾ ਹੀ ਹਿਸਾਬ ਕਿਤਾਬ ਹੈ, ਮੈਨੂੰ ਹੋਰ ਵੀ ਅੱਲਾ ਦਾ ਬੜਾ ਕਰਮ ਹੈ, ਅੱਲਾ ਦੀ ਰਹਿਮਤ ਹੈ ਕਿ ਕਈ ਨਿਜ਼ਾਮ ਨੇ ਯਾਰ ਮੇਰੇ ਕੋਈ, ਮੈਂ ਹੁਣ ਜ਼ਰੂਰੀ ਹਰ ਚੀਜ਼ ਦੱਸਾਂ ਤੁਹਾਨੂੰ ਫਿਰ ਹੀ ਹੈ, ਲੇਕਿਨ ਮੈਨੂੰ ਇਹ ਐ ਨਹੀਂ ਹੈਗਾ ਪੈਸਾ 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 ਬਸ, ਉਹ ਜਿਵੇਂ ਕਹਿੰਦਾ ਪੈਸਾ ਪੈਸਾ ਤੂੰ ਕਰਦੀ ਹੈ, ਉਹ ਹਿਸਾਬ ਮੇਰਾ ਪੈਸੇ ਪੈਸੇ ਵਾਲਾ ਹਿਸਾਬ ਨਹੀਂ ਹੈਗਾ, ਕਿਉਂ ਬਾਬੇ ਨੇ ਸ਼ੁਰੂ ਵੀ ਕਹਿੰਦੇ ਨੇ ਪੈਸੇ ਤੋਂ ਸ਼ੁਰੂ ਕੀਤੀ ਮੂਵੀ ਅਤੇ ਐਂਡ ਵੀ ਪੈਸੇ ਦੇ, ਕਿਉਂਕਿ ਇਹਦਾ ਨਿਜ਼ਾਮ ਉਵੇਂ ਨਹੀਂ ਚੱਲਦਾ, ਇਹਦਾ ਜਿਹੜਾ ਨਾ ਸਿਸਟਮ ਹੀ ਸਿਰਫ ਪੈਸਾ, ਠੀਕ ਹੈ, ਜਿਹੜੇ ਦੋਸਤਾਂ ਨੇ ਮੂਵੀ ਪੂਰੀ ਵੇਖੀ ਹੋਏਗੀ ਉਹਨਾਂ ਸਾਰਿਆਂ ਨੂੰ ਪਤਾ ਹੋਏਗਾ ਕਿ ਇਹਦਾ ਸਿਰਫ ਨਿਜ਼ਾਮ ਪੈਸਾ, ਮੇਰਾ ਉਹ ਕੋਈ ਐਡਾ ਸ਼ੌਕ, ਮੈਨੂੰ ਸਿਰਫ ਸ਼ੌਕ ਹੈ ਕਬੂਤਰਾਂ ਦਾ, ਮੈਂ ਕਹਿੰਦਾ ਦੋਸਤਾਂ ਦੇ ਅੱਛੇ ਕਬੂਤਰ ਹੋਣ, ਮੈਂ ਦੋਸਤਾਂ ਨੂੰ ਗਾਈਡ ਕਰਾਂ ਔਰ ਮੈਂ ਦੋਸਤਾਂ ਦੇ ਕਬੂਤਰ ਦੇਖ ਕੇ ਮੈਂ ਰਾਜ਼ੀ ਹੁੰਦਾ, ਜਿੱਥੇ ਅੱਛੇ ਕਬੂਤਰ ਹੁੰਦੇ ਨਾ, ਦੇਖੋ ਮੈਂ ਕਈ ਜਗ੍ਹਾ 'ਤੇ ਕਬੂਤਰ ਅੱਛੇ ਅੱਛੇ ਦੇਖੇ, ਠੀਕ ਹੈ, ਸੁਲੇਮਾਨ ਸਵੀਟ ਸਾਹਿਬ ਵਾਲਿਆਂ ਨੇ ਦੇਖੇ, ਨਮਾਨ ਭੱਟ ਸਾਹਿਬ ਦੇ, ਫਿਰ ਸ਼ੌਕਤ ਬੱਗੜ ਸਾਹਿਬ ਦੇ ਕਸੂਰ ਦੇਖੇ, ਅਸ਼ਰਫ ਭੱਟੀ ਸਾਹਿਬ ਦੇ ਦੇਖੇ, ਅੱਛੇ ਕਬੂਤਰ ਜਿੱਥੇ ਮੈਂ ਵੇਖਾਂ ਨਾ ਉੱਥੇ ਸਮਝੋ ਮੈਨੂੰ ਰਾਹਤ ਮਿਲਦੀ ਹੈ,
ਗੋਗੀ ਖਾਨ ਸਾਹਿਬ ਦੇ ਦੇਖੇ, ਦਿਲਾਵਰ ਖਾਨ ਸਾਹਿਬ ਵਾਲੇ ਕਬੂਤਰ, ਬਹੁਤ ਸਾਰੀ ਜਗ੍ਹਾ 'ਤੇ ਮੈਂ ਕਬੂਤਰ ਜਦੋਂ ਦੇਖਦਾ ਮੈਨੂੰ ਰਾਹਤ ਮਿਲਦੀ ਹੈ। ਮੈਂ ਜਿਵੇਂ ਕਹਿੰਦਾ ਕਿ ਯਾਰ ਰੂਹ ਤਾਜ਼ਾ ਹੋ ਗਈ, ਮੈਨੂੰ ਸਿਰਫ ਇਹ ਸ਼ੌਕ ਹੈ, ਮੈਂ ਮੂਵੀ ਬਣਾਉਣਾ, ਮੈਂ ਆਪਣੇ ਸ਼ੌਕ ਵਾਸਤੇ ਕਰਨਾ, ਮੈਨੂੰ ਕੋਈ ਮੈਂ ਪਾਬੰਦ ਨਹੀਂ ਬੱਚਿਆਂ ਦਾ ਕਿ ਯਾਰ ਤੁਸੀਂ ਇਹ ਪਾਪਾ ਜੀ ਮੂਵੀ ਬਣਾ ਕੇ ਲਿਆਉਣੀ ਹੈ, ਇਹ ਕਰਨਾ ਉਹ ਕਰਨਾ, ਪੈਸੇ ਦੇਣੇ ਨੇ ਇਹ ਕਰਨਾ। ਮੈਨੂੰ ਹਾਲਾਂ ਯਕੀਨ ਕਰੋ, ਵੱਡਾ ਬੇਟਾ ਮੇਰਾ ਸ਼ੁਕਰ ਹੈ ਮਾਲਕ ਦਾ, ਉਹਦੀ ਅੱਛੀ ਜੋਬ ਹੈ। ਉਹ ਮੈਨੂੰ ਇਹ ਵੀ ਕਹਿੰਦਾ ਕਿ ਪਾਪਾ ਜੀ ਤੁਸੀਂ ਨਾ ਜਾਇਆ ਕਰੋ, ਗੱਡੀ ਮੈਨੂੰ ਰੱਬ ਨੇ ਦਿੱਤੀ ਹੈ, ਗੱਡੀ 'ਤੇ ਮੈਂ ਫਿਰਨਾ, ਮੋਈ ਨਾ ਫਿਰਨਾ, ਏਸੀ ਲਾ ਕੇ ਮੇਰਾ ਦਿਲ ਕਰੇ ਮੈਂ ਜਾਣਾ, ਨਹੀਂ ਦਿਲ ਕਰਦਾ ਮੈਂ ਘਰ ਬੈਠਾ ਰਹਿੰਦਾ। ਮੈਨੂੰ ਕੋਈ, ਮੈਂ ਇਹ ਨਹੀਂ ਹੈਗਾ ਕਿ ਮੈਂ ਡੇਲੀ ਕੋਈ ਨਾ ਕੋਈ, ਹਾਲਾਂ ਕਈਆਂ ਦੋਸਤਾਂ ਨਾਲ ਮੈਂ ਵਾਅਦਾ ਖਿਲਾਫੀ ਇਸ ਵਜ੍ਹਾ ਤੋਂ ਹੋ ਜਾਂਦੀ ਹੈ ਕਿ ਯਾਰ ਮੈਂ ਗਰਮੀ ਇੰਨੀ ਸੀ ਪਿਛਲੇ ਦਿਨਾਂ 'ਚ, ਮੈਂ ਨਹੀਂ ਗਿਆ, ਕਈਆਂ ਦੀ ਜਗ੍ਹਾ 'ਤੇ ਨਹੀਂ ਗਿਆ, ਕਈਆਂ ਕੋਲ ਨਹੀਂ ਜਾ ਸਕਿਆ ਗਰਮੀ ਦੀ ਵਜ੍ਹਾ ਤੋਂ। ਹੁਣ ਮੈਂ ਪਿਛਲੇ ਹਫ਼ਤੇ ਮੁਲਤਾਨ ਜਾਣਾ ਸੀ, ਆ ਕੇ ਵੀ ਮੁਲਤਾਨ ਜਾਣਾ ਸੀ, ਨਹੀਂ ਜਾ ਸਕਿਆ, ਅਗਲੇ ਹਫ਼ਤੇ ਜਾਵਾਂਗੇ ਇਨਸ਼ਾਅੱਲਾ ਅਜ਼ਾਦੀ ਸਾਹਿਬ ਦੇ ਨਾਲ। ਅਤੇ ਇਹ ਗੱਲ ਕਰਨ ਦਾ ਮਕਸਦ ਇਹੀ ਹੈ ਮੇਰਾ ਅਸਲ, ਕਿ ਯਾਰ ਹਰ ਚੀਜ਼ ਪੈਸਾ ਹੀ ਨਹੀਂ ਕੋਈ ਚੀਜ਼ ਹੁੰਦੀ, ਕਿ ਯਾਰ ਪੈਸਾ 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 ਬਸ। ਅਤੇ ਇਹ ਬਾਬਾ ਜੀ ਦਾ ਹੋਏਗਾ, ਮੇਰਾ ਕੋਈ ਐਸਾ ਇਸ਼ੂ ਨਹੀਂ, ਮੈਨੂੰ ਨਾ ਹੀ ਆ ਬਸ ਪੈਸੇ ਦੀ। ਔਰ ਕਿ ਬਾਬਾ ਜੀ ਦੇ ਵਾਸਤੇ ਮੈਨੂੰ ਕਿਸੇ ਬੰਦੇ ਨੇ ਮੇਰੇ ਅਕਾਊਂਟ 'ਚ ਜਾਂ ਮੈਨੂੰ ਵੈਸੇ ਪੈਸੇ ਘੱਲੇ ਹੋਣ ਬਾਬਾ ਜੀ ਨੂੰ ਦੇਣੇ ਨੇ ਜਾਂ ਕੋਈ, ਮੈਂ ਫਿਰ ਵੀ ਉਹ ਕਲੀਅਰ ਕਰਾਂਗਾ, ਔਰ ਉਹ ਦੱਸਣ ਮੈਨੂੰ ਦੋਸਤ ਕਿ ਬਾਬਾ ਜੀ ਵਾਸਤੇ ਘੱਲੇ ਨੇ, ਠੀਕ ਹੈ। ਔਰ ਨਾ ਕਿਸੇ ਨੇ ਘੱਲੇ ਨੇ ਇਹੋ ਜਿਹੀ ਕੋਈ ਨੀਯਤ ਨਾਲ, ਨਾ ਕੋਈ ਮੇਰੇ ਕੋਲ ਆਏ ਨੇ, ਨਾ ਮੈਂ ਚਾਹੁੰਦਾ ਇਹੋ ਜਿਹੀ ਕਿਸੇ ਦੀ ਮਨ 'ਚ ਖਿਆਲ ਕਰਾਂ। ਅਤੇ ਮੇਰਾ ਦਮਨ ਸਾਫ਼ ਹੈ, ਮੈਂ ਫਿਰ ਕਹਾਂਗਾ ਮੇਰਾ ਦਮਨ ਸਾਫ਼ ਹੈ, ਮੈਨੂੰ ਕੋਈ ਟੈਨਸ਼ਨ ਨਹੀਂ, ਠੀਕ ਹੈ। ਇਹ ਬਾਬਾ ਜੀ ਨੂੰ ਪੈਸਾ 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 ਬਸ, ਅਤੇ ਸਾਨੂੰ ਕੋਈ ਐਡੀ ਜ਼ਰੂਰਤ ਨਹੀਂ ਹੈਗੀ। ਅਤੇ ਬਾਕੀ ਚੱਲ ਰਿਹਾ ਦੁਪਹਿਰ ਦੀ ਤਰਫ, ਅਤੇ ਕਾਸ਼ੀ ਭਾਈ ਕੋਲ ਜਿੱਧਰ ਅਸੀਂ ਜੋੜੇ ਲਹਾੜ ਆਏ ਸਾਂ, ਉਹਨਾਂ ਨਾਲ ਚੱਲ ਰਹੇ ਹਾਂ, ਅਤੇ ਬਾਕੀ ਗੱਲਾਂ ਉਹਨਾਂ ਨਾਲ ਕਰ ਰਹੇ ਹਾਂ, ਅਤੇ ਫਿਰ ਅੱਗੋਂ ਹੁਣ ਦੁਪਹਿਰ ਸਾਹਿਬ ਦਾ ਲੈਂਦੇ ਹਾਂ ਮੌਕਾ, ਕਿਉਂਕਿ ਰਾਤੀ ਤੋਂ ਦੁਪਹਿਰ ਸਾਹਿਬ ਦੇ ਵੀ ਬਾਰੇ 'ਚ ਕਾਫੀ ਗੱਲਾਂ ਕੀਤੀਆਂ ਸਨ, ਅਤੇ ਮੁੜ ਕੇ ਉਹਦੇ ਉਸਤਾਦ ਕੋਲ ਫਿਰ ਮਾਫ਼ੀ ਵੀ ਮੰਗਦੇ ਆ, ਅਤੇ ਤੁਹਾਡਾ ਤਾਂ ਇੰਨਾ ਕੁ ਕੰਮ ਹੈ, ਕਿਉਂਕਿ ਉੱਦਾਂ ਤੁਸੀਂ ਉਹਦੇ ਉਸਤਾਦ ਦੇ ਬਾਰੇ 'ਚ ਕਿਹਾ ਸੀ ਕਿ ਉਹਦੇ ਕਬੂਤਰ ਨਹੀਂ ਸਹੀ ਅਤੇ ਉਹਦੇ ਇਹ ਨਹੀਂ, ਅਤੇ ਮੁੜ ਕੇ ਫਿਰ ਮਾਫ਼ੀਆਂ ਮੰਗਦੇ ਸੋ, ਅਤੇ ਮੈਂ ਤਾਂ ਨਹੀਂ ਪੈਰਾਂ ਨੂੰ ਹੱਥ ਲਾਇਆ, ਤਾਂ ਤੁਸਾਂ ਮਾਫ਼ੀਆਂ ਜ਼ਰੂਰ ਮੰਗੀਆਂ ਨੇ। ਮੈਂ ਤੁਹਾਨੂੰ ਫਿਰ ਵੀ ਕਹਿਣਾ ਨਹੀਂ ਸਾਂ ਚਾਹੁੰਦਾ, ਲੇਕਿਨ ਮੈਂ ਸੱਚੀਆਂ ਗੱਲਾਂ ਕਰਾਂਗਾ, ਜ਼ਰੂਰ ਕਰਾਂਗਾ। ਹਾਂਜੀ, ਅੱਗੋਂ ਵਾਮ ਦੇ ਹੱਥ 'ਚ ਫੈਸਲਾ, ਵਾਮ ਮੇਰੇ ਦੋਸਤ ਨੇ ਭਾਈ ਨੇ, ਮੈਂ ਤੁਹਾਨੂੰ ਜਹਾਜ਼ 'ਤੇ ਪਾਇਆ ਸੀ, ਚੜ੍ਹਾਇਆ ਸੀ, ਅਤੇ ਉਹ ਹੀ ਫਿਰ ਕੰਮ ਹੋਣਾ ਵੀ, ਅਗਲੀ ਗੱਲ 'ਤੇ ਆਈਏ ਫਿਰ ਸਮਝੋ, ਠੀਕ ਹੋ ਗਿਆ। ਚਲੋ ਜੀ, ਜ਼ਬੈਰ ਸਾਹਿਬ ਦੀ ਤਰਫ ਚੱਲਦੇ ਹਾਂ। ਜ਼ਬੈਰ ਸਾਹਿਬ, ਅਸਲਾਮ ਅਲੈਕਮ। ਵਾਲੇਕੁਮ ਸਲਾਮ ਰਹਿਮਤੁਲਾ ਬਰਕਾਤੋ। ਜਨਾਬ, ਕੀ ਹਾਲ ਠੀਕ ਠਾਕ? ਜੀ ਅੱਲਾ ਹੀ ਅੱਲਾ, ਵਧੀਆ। ਇੱਕ ਤਾਂ ਦੋਸਤਾਂ ਆਪਣੇ ਦੋਸਤਾਂ ਨਾਲ ਵੀਵਰਾਂ ਨਾਲ ਸਲਾਮ ਦੁਆ ਕਰ ਲਓ, ਕਿਉਂਕਿ ਤੁਹਾਨੂੰ ਬੜਾ ਪਿਆਰ, ਲੋਕ ਕਹਿੰਦੇ ਨੇ ਮੂਵੀ ਨਹੀਂ ਬਣਾਈ, ਮੂਵੀ ਨਹੀਂ ਬਣਾਈ, ਕਿੱਦਾਂ ਟੁਰ ਗਏ ਜ਼ਬੈਰ ਸਾਹਿਬ, ਪਤਾ ਨਹੀਂ ਨਾਰਾਜ਼ ਹੋ ਗਏ ਨਾ ਜਾਂ ਕੀ ਹੋਇਆ ਜਾਂ ਕੀ ਕਹਿ ਲਓ। ਦੋਸਤੋ, ਸਾਰੀ ਦੁਨੀਆ ਨੂੰ, ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹਨਾਂ ਨੂੰ, ਸਾਰੇ ਪਾਕਿਸਤਾਨ ਨੂੰ, ਸਾਰੀ ਦੁਨੀਆ ਨੂੰ ਮੇਰੇ ਤੋਂ ਅਸਲਾਮ ਅਲੈਕਮ ਰਹਿਮਤੁਲਾ ਬਰਕਾਤੂ। ਉਮੀਦ ਕਰਨਾ ਕਿ ਤੁਸੀਂ ਸਾਰੇ ਖਰੀਦ ਨਾਲ ਹੋਵੋਗੇ, ਅੱਲਾਹ ਤਾਲਾ ਤੁਹਾਨੂੰ ਸਭ ਨੂੰ ਜ਼ਿੰਦਗੀ ਸਿਹਤ ਦੇਵੇ ਅਤੇ ਤੁਹਾਨੂੰ ਸ਼ਾਦ ਮਾਨ ਰੱਖੇ। ਮੇਰੀ ਭਾਈ ਸੁਲੇਮਾਨ ਨਾਲ ਕੋਈ ਲੜਾਈ ਨਹੀਂ ਹੈ ਦੋਸਤੋ, ਮੇਰਾ ਮਿਕਲੋ ਰੋਡ 'ਤੇ ਕਾਰੋਬਾਰ ਹੈ, ਮੇਰੀ ਸ਼ੋਪ ਹੈ ਆਪਣੀ ਸਵੇਅਰ ਪਾਰਟ ਦੀ, ਅਤੇ ਕਬੂਤਰਬਾਜ਼ੀ ਮੇਰਾ ਇੱਕ ਸ਼ੌਕ ਹੈ। ਜਿੱਥੇ ਵੀ ਜੋੜੇ ਲਾਉਣ ਜਾਂਦੇ ਹਾਂ, ਮੇਰੀ ਆਪਣੀ ਗੱਡੀ ਹੁੰਦੀ ਹੈ ਜ਼ਾਤੀ, ਠੀਕ ਹੈ ਨਾ, ਕਿਸੇ ਟਾਈਮ ਮੈਂ ਭਾਈ ਸੁਲੇਮਾਨ ਦੇ ਨਾਲ ਵੀ ਚਲਾ ਜਾਂਦਾ ਵਾਂ, ਕਿਸੇ ਟਾਈਮ ਆਪਣੀ ਗੱਡੀ 'ਤੇ ਮੈਂ ਚਲਾ ਜਾਂਦਾ ਵਾਂ, ਅਤੇ ਮੈਂ ਆਪਣਾ ਪੱਲਾ ਹਾਰ ਕੇ ਜਾਂਦਾ ਵਾਂ, ਨਾ ਕੋਈ ਪੈਸੇ ਨਾ ਕੋਈ ਗੱਲ ਨਾ ਬਾਤ, ਕਿਸੇ ਦੋਸਤ ਕੋਲੋਂ ਕੋਈ ਪੈਸਾ ਨਹੀਂ ਲੈਂਦਾ, ਸਿਰਫ ਕੀ ਕਰਨਾ ਕਿ ਜੋੜੇ ਲੋਕਾਂ ਦੇ ਸਿੱਧੇ ਹੋ ਜਾਣ, ਯਾਰ ਕਬੂਤਰਬਾਜ਼ੀ ਸਿੱਧੀ ਹੋ ਜਾਏ, ਬਸ ਇੰਨੀ ਜਿੰਨਾ ਸ਼ੌਕ ਹੈ ਮੈਨੂੰ, ਹੋਰ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਜੀ। ਰਾਤ ਨੂੰ ਮੂਵੀ ਦੇਖੀ ਮੈਂ ਜੀ, ਬਾਬਾ ਜ਼ੁਲਫੀ ਸਾਹਿਬ ਦੀ ਲੱਗੀ ਹੋਈ, ਅਤੇ ਮੈਨੂੰ ਬੜਾ ਦੁੱਖ, ਇੰਤਹਾਈ ਅਫਸੋਸ ਹੋਇਆ ਕਿ ਬਾਬਾ ਜੀ ਨੇ ਮੇਰੇ ਖਿਲਾਫ਼ ਵੀ ਬਹੁਤ ਗੱਲਾਂ ਕੀਤੀਆਂ ਨੇ,
ਪਰ ਜਿੰਨੀ ਦਫ਼ਾ ਅਸੀਂ ਬਾਬਾ ਜੀ ਦੇ ਕੋਲ ਗਏ ਹਾਂ, ਮੈਂ ਉਸ ਤੋਂ ਦੋਸਤੋ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਾਂਗਾ ਕਿ ਮੈਂ ਤਾਂ 2 ਸਾਲ ਪਹਿਲਾਂ ਤਾਂ ਯੂਟਿਊਬ 'ਤੇ ਚੜਿਆ ਹਾਂ। ਬਿਲਕੁਲ, ਅਮਜਦ ਅਲੀ ਫਿਸ਼ਲ ਦੇ, ਅਮਜਦ ਅਲੀ ਫਿਸ਼ਲ ਦੇ ਮੈਂ ਤਾਂ 2 ਸਾਲ ਸਾਰੇ ਸਕੈਚ ਬਣਾ ਕੇ ਸੈਂਡ ਕੀਤੇ ਨੇ, ਦੱਸੇ ਨੇ। ਜਦੋਂ ਅਮਜਦ ਸਾਹਿਬ ਨੇ ਮੇਰੀ ਵੀਡੀਓ 'ਤੇ ਪ੍ਰਾਈਵੇਸੀ ਲਾਈ ਹੈ ਨਾ ਦੋਸਤੋ, ਅਤੇ ਮੈਂ ਭਾਈ ਸੁਲੇਮਾਨ ਨੂੰ ਫੋਨ ਕੀਤਾ, ਫੋਨ ਕਰਕੇ ਕਿਹਾ ਕਿ ਦੋਸਤੋ ਭਾਈ ਸੁਲੇਮਾਨ ਉਹ ਅਮਜਦ ਸਾਹਿਬ ਨੇ ਮੇਰੀ ਵੀਡੀਓ 'ਤੇ ਪ੍ਰਾਈਵੇਸੀ ਲਾ ਤੀ ਹੈ ਅਤੇ ਮੈਂ ਕਬੂਤਰਾਂ ਸ਼ੋਅ ਕਰਾਉਣਾ ਚਾਹੁੰਦਾ ਵਾਂ। ਇਹਨਾਂ ਨੇ ਕਿਹਾ ਜੀ ਉਹ ਕਬੂਤਰ ਹੀ ਮਰ ਖੱਪ ਗਏ ਨੇ। ਹੈ ਭਾਈ ਸੁਲੇਮਾਨ ਸਾਹਿਬ ਜੀ, ਇੰਜੀ ਹੋਇਆ? ਤੁਸੀਂ ਕਿਹਾ ਕਬੂਤਰ ਮਰ ਖੱਪ ਗਏ ਨੇ, ਇੰਜ ਦੇ ਕਬੂਤਰ ਕਿੱਥੇ ਜਿਹੜੇ ਤੂੰ ਸਕੈਚ ਬਣਾਏ ਨੇ, ਕਿੱਥੇ ਜਿਹੜੇ ਤੂੰ ਸਕੈਚ ਬਣਾਏ ਨੇ? ਮੈਂ ਉਹਨਾਂ ਨੂੰ ਦਾਵਤ ਦਿੱਤੀ, ਮੈਂ ਕਿਹਾ ਜਨਾਬ ਤੁਸੀਂ ਨਾ ਮੇਰੇ ਕੋਲ ਕਸੂਰ ਆਓ ਅਤੇ ਆ ਕੇ ਦੋਸਤਾਂ ਨੂੰ ਕਬੂਤਰਾਂ ਸ਼ੋਅ ਕਰਾਓ। ਬਿਲਕੁਲ ਸਹੀ। ਅਤੇ ਮੈਂ ਰਿਕੁਐਸਟ ਕੀਤੀ ਇਹਨਾਂ ਦੇ ਅੱਗੇ ਕਿ ਬਾਬਾ ਜੀ ਨੂੰ ਨਾਲ ਲੈ ਕੇ ਆਉਣਾ। ਇੰਜੀ ਗੱਲ ਭਾਈ ਸੁਲੇਮਾਨ ਨੇ ਕਿਹਾ ਯਾਰ ਬਾਬਾ ਮਜ਼ਦੂਰ ਆਦਮੀ ਹੈ, ਮਾੜਾ ਬੰਦਾ ਹੈ, ਉਹ ਪੈਸਿਆਂ ਬਗੈਰ ਨਹੀਂ ਹਿਲਦੇ। ਇੰਜੀ ਗੱਲ ਹਕੀਕਤ, ਉਹ ਪੈਸੇ ਲੈਂਦੇ ਨੇ। ਮੈਂ ਕਿਹਾ ਯਾਰ 5,000 ਦੀ 10,000 ਦੀ ਕਿਹੜੀ ਗੱਲ ਹੈ? ਬਾਬਾ ਜੀ ਆਉਣਗੇ, ਮੇਰੇ ਵਾਸਤੇ ਬੜੀ ਖੁਸ਼ੀ ਹੈ, ਕੋਈ ਐਸੀ ਗੱਲ ਨਹੀਂ। ਵੱਡੇ ਉਸਤਾਦ ਨੇ, ਲੈਜੈਂਡ ਉਸਤਾਦ ਨੇ। ਇੱਕ ਮਿੰਟ ਇੱਥੇ ਬ੍ਰੇਕ ਲਾਓ, ਜ਼ਰਾ ਬ੍ਰੇਕ ਲਾਓ। ਪਤਾ ਕਿਉਂ? ਤੁਸੀਂ ਕਿ 5,000 10,000 ਕੀ ਗੱਲ ਹੈ, ਫਿਰ ਰੌਲਾ ਦੇ ਅੱਗੇ ਵੀ ਪੈਸਿਆਂ ਦਾ ਹੀ ਬਣਿਆ। ਤੁਸੀਂ ਕਹਿ ਦਿਓ 10,000 ਦਿੱਤਾ, ਮੈਂ ਉਹਨਾਂ ਨੂੰ ਮਿਲਿਆ 5,000। ਨਹੀਂ ਮੈਂ ਦੱਸਣਾ, ਮੈਂ ਦੱਸਣਾ, ਨਹੀਂ ਵੰਡ, ਨਹੀਂ ਨਹੀਂ ਮੈਂ ਦੱਸਣਾ, ਵੰਡ ਕੱਢੋ। ਮੈਂ ਭਾਈ ਸੁਲੇਮਾਨ ਨੂੰ ਕਿਹਾ ਕਿ ਮੈਂ ਬਾਬਾ ਜੀ ਉਹਨਾਂ 5,000 ਰੁਪਇਆ ਦਿਆਂਗਾ, ਤੁਸੀਂ ਉਹਨਾਂ ਨੂੰ ਲੈ ਕੇ ਆਉਣਾ, ਉਹਨਾਂ ਨੂੰ ਸ਼ੋਅ ਕਰਾਉਣਾ। ਦੱਸਣਾ ਨਾ ਕਹੋ ਫਿਰ, ਕਿਉਂ ਜੀ? ਨਹੀਂ ਇਹ ਤਾਂ ਗਲਤ ਫਹਿਮੀਆਂ ਪੈਦਾ ਹੁੰਦੀਆਂ। ਮੈਂ ਭਾਈ ਸੁਲੇਮਾਨ ਨੂੰ ਕਿਹਾ ਕਿ ਮੈਂ 5,000 ਰੁਪਇਆ ਬਾਬਾ ਜੀ ਨੂੰ ਦਿਆਂਗਾ, ਸਿਰਫ ਮੈਂ ਸ਼ੋਅ ਕਰਾਉਣਾ ਹੈ, ਹੱਕ ਸੱਚ ਦੀ ਆਵਾਜ਼ ਦੇਣੀ ਹੈ। ਹੱਕ ਸੱਚ ਦਾ ਚੈਨਲ ਹੈ ਅਤੇ ਹੱਕ ਸੱਚ ਦੀ ਆਵਾਜ਼ ਦੇਣੀ। ਇਨਸ਼ਾਅੱਲਾ ਜੋੜੇ ਸਾਡੇ ਲੱਗੇ ਹੋਏ ਨੇ, ਮੇਰੇ ਉਸਤਾਦ ਦੇ ਮੋਹਤਰਮ ਦੀ ਛੱਤ ਹੈ, ਮੈਂ ਉਹਨਾਂ ਦਾ ਸ਼ਾਗਿਰਦ ਉਸਤਾਦ ਹਾਂ। ਮੇਰੇ ਉਸਤਾਦ ਨੇ ਮੈਨੂੰ ਬਹੁਤ ਕੁਝ ਸਿਖਾਇਆ, ਮਾਸ਼ਾਅੱਲਾ, ਬਹੁਤ। ਉਹਨਾਂ ਨੇ ਇੱਕ ਹੀਰੇ ਨੂੰ ਤਰਾਸ਼ਿਆ, ਬਿਲਕੁਲ ਸਹੀ, ਇਹਦੀ ਪਾਕਿਸਤਾਨ 'ਚ ਛੱਡਿਆ ਨਾ ਜੋੜੇ ਲਗਾਉਣ ਵਾਸਤੇ, ਬਿਲਕੁਲ ਸਹੀ, ਇਲਮ ਦੇਣ ਵਾਸਤੇ। ਅੱਛਾ ਭਾਈ ਸੁਲੇਮਾਨ ਦੇ ਬਾਬਾ ਜੀ ਆਏ ਨੇ ਕਸੂਰ, ਇਹਨਾਂ ਨੂੰ ਮੈਂ ਉੱਥੇ ਸਾਡੇ ਮਸ਼ਹੂਰ ਮਰੂਫ ਦੁਕਾਨ ਹੈ ਸਾਈਂ ਬੂਟੀ ਦੀ, ਭਾਵੇ ਖਵਾਏ, ਉਹਨਾਂ ਨੂੰ ਭਾਵੇ ਸ਼ਾਵੇ ਖਵਾਏ। ਅਤੇ ਬਾਬਾ ਜੀ ਨੂੰ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਬਾਬਾ ਜੀ ਤੁਸੀਂ ਲੋਕਾਂ ਨੂੰ ਕੀ ਬੇਵਕੂਫ ਬਣਾਇਆ ਹੈ, 50, 40, 100, 60, 70, 80, 90, 100, 95, 92, 93, 97, 98? ਮੈਂ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਜ ਇਹ 90, 95, 100 ਕੀ ਹੈ, ਕੀ ਹੈ ਦੱਸ ਵੀ। ਮੈਂ ਕਿਹਾ ਰਿੰਗ, ਤੁਸੀਂ ਕਹਿੰਦੇ ਹੋ 5 ਦਾਇਰੇ ਹੁੰਦੇ ਨੇ ਅੱਖ ਦੇ ਵਿੱਚ, 5 ਦਾਇਰੇ ਕਿਸੇ ਪਾਸੇ ਬਰੀਕ ਹੋਣ ਉਹ 40, ਕਿਸੇ ਪਾਸੇ ਮੋਟੇ ਹੋਣ ਤਾਂ 90, ਠੀਕ ਹੈ ਜੀ। ਅਗਰ ਦਾਇਰਾ ਟੁੱਟਾ ਹੋਵੇ ਤਾਂ ਲਾਈਨ ਬਰੀਡ ਵੀ ਫਰਕ ਹੈ, ਖਤਮ। ਦੋਸਤੋ ਦਾਇਰੇ 2 ਹੀ ਨੇ, ਇੱਕ ਪੁਤਲੀ ਦੇ ਨਾਲ ਦਾਇਰਾ, ਇੱਕ ਆਊਟ ਬੈਕ ਦੇ ਦਾਇਰਾ, ਜਿਹੜਾ ਸੁਲੇਮਾਨ ਨੇ ਵਾਜਿਆ ਕਰ, ਭਾਈ ਸੁਲੇਮਾਨ ਜਿਹੜੇ ਵਾਜਿਆ ਕੀਤੇ ਨੇ 2, ਕਮਗਰਾਂ 'ਚ 6-7 ਰਿੰਗ ਚੱਲਦੇ ਨੇ, ਟੈੜੀਆਂ 'ਚ 3-4 ਰਿੰਗ ਚੱਲਦੇ ਨੇ, ਬਾਕੀ ਜਿਹੜੇ ਰਿੰਗ ਨੇ ਨਾ ਦੋਸਤੋ, ਵਾਈਟ ਰਿੰਗ ਹੈ, ਗੁਲਾਬੀ ਰਿੰਗ ਹੈ, ਫਿਰੋਜ਼ੀ ਰਿੰਗ ਹੈ, ਉਹਦੀ ਕੁਆਲਿਟੀ ਹੈ, ਉਹ ਜ਼ਮੀਨ ਹੈ, ਕੁਆਲਿਟੀ ਜ਼ਾਹਿਰ ਕਰਦੀ ਕਿ ਮੇਰੇ 'ਚ ਨਸਲ ਕੀ ਹੈ, ਨਸਲ ਕੀ ਹੈ, ਮੈਂ ਪੇਵਰ ਹਾਂ ਜਾਂ ਨਹੀਂ ਪੇਵਰ, ਮੈਂ ਸਹੀ ਹਾਂ ਕਿ ਮੈਂ ਕਰਾਸ ਹਾਂ, ਮੇਰੇ 'ਚ ਕਰਾਸ ਕਿੰਨੇ ਨੇ, ਉਹ ਅੱਖ ਦੱਸਦੀ। ਬਿਲਕੁਲ, ਅਸੀਂ 200 ਅੱਖ 'ਤੇ ਕਬੂਤਰਬਾਜ਼ੀ ਕਰ ਰਹੇ ਹਾਂ, ਸਹੀ ਹੈ, ਅੱਖ 'ਤੇ ਕਬੂਤਰਬਾਜ਼ੀ ਕਰ ਰਹੇ ਹਾਂ, ਜੋੜ 'ਤੇ, ਜੋੜ 'ਤੇ, ਅੱਖ 'ਤੇ, ਹੱਡੀ 'ਤੇ, ਪਰਾਂ 'ਤੇ, ਪੰਜਿਆਂ 'ਤੇ, ਦੁੰਮ 'ਤੇ, ਬਿਲਕੁਲ, ਚੁੰਝ 'ਤੇ, ਨਾਸਾਂ 'ਤੇ, ਬਿਲਕੁਲ, ਸਿਰ 'ਤੇ, ਬਿਲਕੁਲ, ਸਿਰ ਗੋਲ ਵੀ ਹੁੰਦਾ, ਚਪਟਾ ਵੀ ਹੁੰਦਾ, ਸਾਰੇ ਅਸੀਂ ਇਹ ਸਾਰੇ ਪੁਆਇੰਟਾਂ ਨੂੰ ਵੇਖ ਕੇ ਫਿਰ ਅਸੀਂ ਕਬੂਤਰਬਾਜ਼ੀ ਕਰਨੇ ਆ। ਤੇ ਜੋੜੇ ਬੜੇ ਤਸੱਲੀ ਨਾਲ ਲਾਨੇ, ਇਹ ਵੀ ਦੱਸੋ ਜਰਾ, ਜੋੜੇ ਅਸੀਂ ਨਹੀਂ ਲਾਂਦੇ, ਜੋੜੇ ਅਸੀਂ ਤਸੱਲੀ ਨਾਲ ਲਾਨੇ ਆ, ਮਗਰੋਂ ਨਹੀਂ ਲਾਂਦੇ, ਮਿੱਠੂ ਖਾਰੀਆਂ ਜਿੰਦਾ ਜਾਗਦਾ ਬੈਠਾ ਜੇ। ਬਿਲਕੁਲ, ਟੜਗਲੂ ਵੀਡੀਓ ਭਾਈ ਸੁਲੇਮਾਨ ਦੀ ਲੱਗੀ ਹੋਈ ਹੈ, ਉਹਨੇ ਹੀ ਭਾਈ ਸੁਲੇਮਾਨ ਨੂੰ ਬੁਲਾਇਆ ਸੀ, ਇੰਜੀ ਗੱਲ, ਕਿਆ ਦਰਾ ਕੇ ਸ਼ੋਅ ਕਰਾਓ,
9 ਮਹੀਨੇ ਪਹਿਲੇ ਜੋ ਜੋੜੇ ਲਾਏ ਸੀ ਤੇ ਸ਼ੌਕ ਨਹੀਂ ਸੀ ਕਰਾਇਆ ਕਿਉਂਕਿ ਮੈਂ ਇਕੱਲਾ ਹੀ ਗਿਆ ਸੀ, ਇਕੱਲੇ ਗਿਆ। 9 ਮਹੀਨੇ ਬਾਅਦ ਜੋ ਭਾਈ ਸੁਲੇਮਾਨ ਨਾਲ ਮੇਰੀ ਅਟੈਚਮੈਂਟ ਹੋਈ ਹੈ ਤੇ ਫਿਰ ਭਾਈ ਸੁਲੇਮਾਨ ਤੇ ਮੈਨੂੰ ਉਹਨੇ ਬੁਲਾਇਆ ਉੱਥੇ ਕਿ ਆ ਕੇ ਲੋਕਾਂ ਨੂੰ ਸ਼ੌਕ ਕਰਾਓ। ਬਿਲਕੁਲ, ਮਿੱਠੂ ਨੇ ਸ਼ੌਕ ਕਰਾਇਆ। ਫਿਰ ਭਾਈ ਸੁਲੇਮਾਨ ਨੂੰ ਮੁਹੰਮਦ ਅਹਿਮਦ ਹੈਗਾ ਕਸੂਰ, ਮੈਨੂੰ ਨਹੀਂ ਪਤਾ ਕਿ ਕਸੂਰ ਕਿਸ ਦਿਨ ਆਏ ਨੇ ਤੇ ਕਿਸ ਦਿਨ ਵੀਡੀਓ ਬਣਾ ਕੇ ਗਏ। ਮੈਂ ਲਾਹੌਰ ਸੀ, ਭਾਈ ਸੁਲੇਮਾਨ ਕਸੂਰ ਸਨ ਤੇ ਉਹਨਾਂ ਨੇ ਦੋਸਤਾਂ ਨੇ ਸ਼ੌਕ ਕਰਾਇਆ, ਦੱਸਿਆ ਸਾਜ ਵੈਰ ਨੇ ਜੋੜੇ ਲਗਾਏ ਨੇ, ਇਹ ਪਰਫਾਰਮੈਂਸ ਆਈ ਹੈ। ਦੋਸਤੋ ਮੈਂ ਤੇ ਕਰ ਰਿਹਾ ਫੀ ਸਬੀ ਲੀਲਾ ਕੰਮ। ਅਗਰ ਮੈਂ 10 ਜੋੜੇ ਲਾਉਣਾ ਵਾਂ, 9 ਜੋੜਿਆਂ ਬੱਚੇ ਉੱਡ ਪੈਂਦੇ ਨੇ, ਇੱਕ ਜੋੜਿਆ ਨਹੀਂ ਵੀ ਕਿਸੇ ਟਾਈਮ ਉੱਡਦਾ, ਮੈਂ 200 ਪੈਸੇ ਤਾਂ ਨਹੀਂ ਲਏ ਤੁਹਾਡੇ ਕੋਲੋਂ, ਜਾਂ ਕੋਈ ਤੁਹਾਡਾ ਖਰਚਾ ਤਾਂ ਨਹੀਂ ਕਰਾਇਆ, ਤੁਸੀਂ ਮੈਨੂੰ ਗੱਲ ਨਹੀਂ ਕਰ ਸਕਦੇ। ਮੈਂ ਕਿ ਅੱਲਾ ਦੀ ਮਦਦ ਨਾਲ ਜੋੜੇ ਲਾਉਣਾ ਵਾਂ, ਨੇਕ ਨੀਤ ਰੱਖ ਕੇ ਜੋੜੇ ਲਾਉਣਾ ਕਿ ਤੁਹਾਡੀ ਕਬੂਤਰਬਾਜ਼ੀ ਸਿੱਧੀ ਹੋ ਜਾਏ। ਬਿਲਕੁਲ ਸਹੀ। ਅਤੇ ਹਾਂ, ਬਾਬਾ ਜੀ ਦੀ ਜਿਹੜੀ ਗੱਲ, ਭਾਈ ਸੁਲੇਮਾਨ ਮੈਨੂੰ 2 ਦਫਾ ਲੈ ਕੇ ਗਏ ਨੇ, 2-3 ਦਫਾ ਲੈ ਕੇ ਗਏ ਨੇ। ਬਿਲਕੁਲ। ਉਹਨਾਂ ਨੇ ਕਿਹਾ ਯਾਰ ਵੱਡੇ ਉਸਤਾਦ ਨੇ, ਬਜ਼ੁਰਗ ਨੇ, ਮੰਜੀ ਤੇ ਪਏ ਨੇ, ਅਗਰ ਸਾਡੀ ਕੋਈ ਗੱਲ ਕਰਨ ਨਾਲ ਉਹ ਰਾਜ਼ੀ ਹੋ ਜਾਣਗੇ ਤੇ ਯਾਰ ਇਹਦੇ 'ਚ ਕਿਹੜੀ ਗੱਲ। ਇੱਕ ਬਿਮਾਰ ਬੰਦਾ ਨਾ, ਉਹਦੀ ਬਿਮਾਰ ਬੰਦਾ ਹੈ, ਬਿਮਾਰ ਬੰਦੇ ਨੇ, ਅਗਰ ਉਹ ਰਾਜ਼ੀ ਹੋ ਜਾਣਗੇ ਤਾਂ ਕਿਹੜੀ ਗੱਲ ਹੈ, ਤੂੰ ਕਹਿ ਦੇ ਕਿ ਮੈਂ ਇਹਨਾਂ ਕੋਲੋਂ ਨੌਲੇਜ ਲੈਣਾ ਵਾ। ਹਾਂਜੀ, ਮੈਂ ਕਿਹਾ ਹੱਕੀ ਸੱਚੀ, ਮੈਂ ਕਿਹਾ ਮੈਂ ਕਹਿ ਦਿੱਤਾ ਵੀਡੀਓ 'ਚ, ਮੈਂ ਕਿਹਾ ਜੀ ਮੈਂ ਇਹਨਾਂ ਕੋਲੋਂ ਨੌਲੇਜ ਲੈਣਾ ਵਾ, ਇਹਨਾਂ ਨੂੰ ਫੋਨ ਡੇਲੀ ਕਰਨਾ ਵਾ। ਅਤੇ ਉਹਨਾਂ ਨੇ ਵੀ ਬਾਬਾ ਜੀ ਨੂੰ ਵੀ ਕਹਿਤਾ ਜੀ ਮੈਨੂੰ ਡੇਲੀ ਫੋਨ ਆਉਂਦਾ ਜ਼ੁਬੈਰ ਦਾ। ਹਾਲਾਂਕਿ ਦੋਸਤੋ ਮੈਂ ਬਾਬਾ ਜੀ ਨੂੰ ਕਦੀ ਕਦੀ ਫੋਨ ਕਰਦਾ ਸੀ, ਰੋਜ਼ਾਨਾ ਨਹੀਂ ਸੀ ਕਰਦਾ। ਕਦੀ ਕਦੀ ਕੀ ਹੈ ਕਿ ਬਾਬਾ ਜੀ ਨੂੰ ਖੁਸ਼ ਕਰਨ ਦੀ ਖਾਤਰ, ਮੈਂ ਬਿਮਾਰ ਬੰਦਾ ਯਾਰ, ਚੱਲ ਕੋਈ ਗੱਲ ਨਹੀਂ, ਤੋ ਮਾਤਦਾਰੀ ਕਰਨ ਗਏ ਹਾਂ ਔਰ ਰਾਜ਼ੀ ਕਰਕੇ ਆਏ ਹਾਂ, ਠੀਕ ਹੈ ਨਾ। ਭਾਈ ਸੁਲੇਮਾਨ ਦੇ ਨਾਲ ਜਿੰਨੇ ਵੀ ਅੱਜ ਤੱਕ ਬੰਦੇ ਗਏ ਨੇ, ਭਾਈ ਨਾਦਰ ਗਏ ਨੇ, ਭਾਈ ਅਰਸ਼ਦ ਗਏ ਨੇ, ਜਿਹੜਾ ਜਿਹੜਾ ਮਰਜ਼ੀ ਬੰਦਾ ਗਿਆ, ਭਾਈ ਸੁਲੇਮਾਨ ਨੂੰ ਅਗਰ ਕਿਹਾ ਨਾ ਕਿਸੇ ਨੇ ਕਿਹਾ 20,000 ਲੈ ਲਓ, 30,000 ਲੈ ਲਓ, 40 ਲੈ ਲਓ, 50 ਲੈ ਲਓ, ਅਤੇ ਬਾਬਾ ਜੀ ਨੂੰ ਦੇ ਦੇਣਾ, ਅਤੇ ਸੁਲੇਮਾਨ ਨੇ ਪੈਸੇ ਨਹੀਂ ਫੜੇ ਕਿਸੇ ਕੋਲੋਂ। ਹਾਂਜੀ, ਗੱਲ ਉਹਨੂੰ ਨਾਲ ਲੈ ਗਏ ਆ। ਇਹ ਮੈਂ ਹਲਫ ਦੇਣਾ ਇਸ ਗੱਲ ਦਾ, ਖੁਦਾ ਅਤੇ ਖੁਦਾ ਦੇ ਰਸੂਲ ਨੂੰ ਹਾਜ਼ਰ ਨਾ ਤਾਂ ਜਾਣਗੇ, ਇਹ ਹਲਫ ਦੇਣਾ। ਇਹ ਨਹੀਂ ਗੱਲ ਕਿ ਸੁਲੇਮਾਨ ਵੀ ਨਾਲ ਮੇਰਾ ਤੱਲਕ ਹੈ, ਮੈਂ ਹੱਕ ਸੱਚ ਦੀ ਗੱਲ ਕਰਾਂਗਾ, ਜੋ ਹੱਕ ਸੱਚ ਇਹੀ ਹੈ, ਇਹੀ ਸੁਲੇਮਾਨ ਨੇ ਪੈਸੇ ਨਹੀਂ ਫੜੇ, ਉਹਨੂੰ ਨਾਲ ਲੈ ਗਏ ਭਾਈ, ਨਾਲ ਲੈ ਗਿਆ ਉਸ ਬੰਦੇ, ਨਾਲ ਲੈ ਗਏ ਬਾਬਾ ਜੀ ਦੇ ਕੋਲ, ਉੱਥੇ ਜਾ ਕੇ ਬਾਬਾ ਜੀ ਨੂੰ ਡਾਇਰੈਕਟ ਪੈਸੇ ਦਵਾਏ ਨੇ। ਬਿਲਕੁਲ ਬਿਲਕੁਲ। ਦੋਸਤੋ ਇਹ ਸਾਰੀ ਕਹਾਣੀ ਜਿਹੜੀ ਨਾ ਵਿਗੜੀ ਕਿੱਥੋਂ ਹੈ, ਲਾਇਨ ਬਰੀਡ ਤੋਂ। ਲਾਇਨ ਬਰੀਡ ਤੋਂ ਭਾਈ ਸੁਲੇਮਾਨ ਗਏ ਨੇ, ਲਾਇਨ ਬਰੀਡ ਦਾ ਪੁੱਛਿਆ, ਭਾਈ ਸੁਲੇਮਾਨ ਨੇ ਕਿਹਾ ਕਿ ਤੁਸੀਂ ਦੋਸਤਾਂ ਨੂੰ ਇੰਨਾ ਕੁਛ ਵੇਖੋ ਨਾ, ਸਾਰੇ ਬੰਦੇ ਤੁਹਾਡੀ ਹੈਲਪ ਕਰਦੇ ਨੇ, ਮਦਦ ਕਰਦੇ ਨੇ, ਸਾਰਾ ਸਿਸਟਮ ਕਰਦੇ ਨੇ, ਤੁਸੀਂ ਉਹਨਾਂ ਲਾਇਨ ਬਰੀਡ ਬਾਰੇ ਦੱਸੋ ਦੱਸੋ। ਉਹਨਾਂ ਲਾਇਨ ਬਰੀਡ ਬਾਰੇ ਨਹੀਂ ਦੱਸਿਆ, ਜਦਕਿ ਲਾਇਨ ਬਰੀਡ ਹੁੰਦੀ ਹੀ ਨਹੀਂ। ਬਿਲਕੁਲ। ਅਗਲੀ ਗੱਲ ਸੁਣ ਲਓ ਜੀ, ਲਾਇਨ ਬਰੀਡ ਹੁੰਦੀ ਹੈ ਹੀ ਨਹੀਂ, ਹੁੰਦੀ ਹੀ ਨਹੀਂ। ਬਿਲਕੁਲ ਸਹੀ। ਉਹਨਾਂ ਨੇ 2,00,000 ਲੱਖ, ਉਹ ਤੋਂ ਮੂੰਹ ਵੀ ਕਹੀ ਜਾਂਦੇ ਨੇ ਵੀਡੀਓ ਦੇ ਵਿੱਚ ਕਿ ਜ਼ੁਬੈਰ 2,00,000 ਲੈ ਜਾਏਗਾ। ਜ਼ੁਬੈਰ 2,00,000 ਲੈ ਜਾਏਗਾ। ਹਾਂ, ਸੁਲੇਮਾਨ ਨੂੰ ਤਾਂ 10,000 ਤੇ ਨਹੀਂ ਲਾਣੀ ਬਾਦੀ ਹੈ। ਦੋਸਤੋ ਮੈਂ ਨਾ ਬਾਬਾ ਜੀ ਦੇ ਖਿਲਾਫ ਨਹੀਂ ਹਾਂ, ਅੱਲਾਹ ਤਾਲਾ ਉਹਨਾਂ ਜ਼ਿੰਦਗੀ ਸਿਹਤ ਦੇਵੇ, ਉਹਨਾਂ ਦੀ ਮੈਂ ਸੋਚ ਦੇ ਖਿਲਾਫ ਹਾਂ ਕਿ ਸੋਚ ਥੋੜ੍ਹੀ ਉਹਨਾਂ ਨੂੰ ਚੇਂਜ ਕਰਨੀ ਪਏਗੀ, ਆਪਣੀ ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਬਿਲਕੁਲ। ਕਿਸ ਬੰਦੇ ਨਾਲ ਖਾ ਲਓ ਪੀ ਲਓ, ਬਾਅਦ 'ਚ ਉਹਦੀਆਂ ਬੁਰਾਈਆਂ ਕਰਦੇ ਫਿਰੋ, ਇਹ ਅੱਛੀ ਗੱਲ ਨਹੀਂ। ਕੋਈ ਸੁਲੇਮਾਨ ਸਾਹਿਬ ਮੈਂ ਵੀਡੀਓ ਸਾਰੀ ਦੇਖੀ। ਅੱਛਾ, ਮੈਂ ਨਹੀਂ ਸਾਰੀ ਵੇਖੀ, ਮੈਂ ਹਲਫਾਂ ਤੁਹਾਨੂੰ ਕਿਹਾ ਸਾਰੀ ਨਹੀਂ ਦੇਖੀ, ਮੈਂ ਸਾਰੀ ਦੇਖੀ। ਬਾਬਾ ਜੀ ਨੇ ਕਿਹਾ ਜੀ ਸੁਲੇਮਾਨ ਨੇ ਆ ਕੇ ਗੋਡੇ ਫੜ ਲਏ,
ਮੈਂ ਅਸੀਂ ਨੂੰ ਮੰਨਦੇ ਹੀ ਨਹੀਂ। ਕਿਉਂ? ਕਿ ਭਾਈ ਸੁਲੇਮਾਨ ਨੇ ਅੱਜ ਤੱਕ ਗੋਡੇ ਗਿੱਟੇ ਕਿਸੇ ਦੇ ਨਹੀਂ ਫੜੇ। ਮੁਹੱਬਤ ਪਿਆਰ ਦੇ ਜੇਕਰ ਕਿਸੇ ਬਜ਼ੁਰਗ ਦੇ ਫੜ ਲੈਣ ਤੇ ਉਹ ਬਾਅਦ ਦੀ ਗੱਲ ਹੈ। ਉਹ ਤਾਂ ਮੁਹੱਬਤ ਹੈ ਨਾ, ਉਹ ਤੇ ਹਾਸਾ ਮਜ਼ਾਕ, ਮੁਹੱਬਤ ਹੈ, ਹਾਸਾ ਮਜ਼ਾਕ, ਕੋਈ ਮਸਲਾ ਨਹੀਂ। ਤੇ ਦੂਸਰੀ ਗੱਲ ਇਹ ਹੈਗੀ ਕਿ ਸੁਲੇਮਾਨ ਲੁੱਟ ਕੇ ਖਾ ਗਿਆ, ਉਹਨੇ ਮੈਨੂੰ ਪੈਸੇ ਨਹੀਂ ਦਿੱਤੇ, ਉਹ ਨਹੀਂ ਦਿੱਤਾ, ਇਹ ਨਹੀਂ ਦਿੱਤਾ। ਮੈਂ ਸਾਰੀ ਇਹਨਾਂ ਦੀ ਸੋਚ ਦੇ ਖਿਲਾਫ ਹੈਗਾ, ਰੋਂਗ, ਇਹ ਸਭ ਗੱਲਾਂ ਗਲਤ ਕਰ ਰਹੇ ਨੇ ਬਾਬਾ ਫੇਕ ਨੇ। ਤੁਸੀਂ ਭਾਈ ਸੁਲੇਮਾਨ ਸਾਹਿਬ ਨੂੰ ਇਹ ਦੱਸੋ ਕਿ ਜੋ ਬਾਬਾ ਜੀ ਦਾ ਐਕਸੀਡੈਂਟ ਹੋਇਆ ਸੀ, ਹਾਂਜੀ, ਤੇ ਰਾਤ ਨੂੰ 1 ਵਜੇ ਪਤਾ ਲੱਗਾ ਸੀ ਆਪਾਂ ਨੂੰ, ਬਿਲਕੁਲ, ਬਾਬਾ ਜੀ ਕੋਲ ਗਏ ਤੁਸੀਂ? ਬਿਲਕੁਲ ਗਿਆ, ਗਏ ਨਾ? ਗਿਆ ਮੈਂ। ਵੇਖੋ ਤੁਹਾਡਾ ਚੈਨਲ ਹੈਗਾ ਹੱਕ ਸੱਚ ਦਾ, ਬਿਲਕੁਲ, ਤੁਹਾਡੇ ਚੈਨਲ ਤੇ ਬੱਚਿਆਂ ਦੀ ਰੋਜ਼ੀ ਰੋਟੀ ਚੱਲਦੀ ਹੈ, ਬਿਲਕੁਲ, ਠੀਕ ਹੈ ਜੀ। ਇਹ ਹੱਕ ਸੱਚ ਦਾ ਚੈਨਲ ਹੈ, ਤੁਸੀਂ ਦੁਨੀਆ ਨੂੰ ਸੱਚ ਦੱਸੋ, ਸੱਚ ਕੀ ਹੈ? ਮੈਂ ਹੁਣ ਤੁਹਾਨੂੰ, ਤੁਸੀਂ ਪਤਾ ਕਿ ਵਾਰ ਵਾਰ ਪੁੱਛਦੇ ਨੇ ਸਾਰੇ ਦੋਸਤ ਵੀ, ਤੁਸੀਂ ਵੀ ਕਹਿੰਦੇ ਹੋ, ਮੈਂ ਹਾਲਾਂਕਿ ਅੱਲਾ ਦੀ ਕਸਮ ਭਾਈ ਮੈਂ ਇਹ ਗੱਲਾਂ ਕਰਨ 'ਚ ਰਾਜ਼ੀ ਨਹੀਂ ਹੈਗਾ। ਬਾਬਾ ਜੀ ਦਾ ਐਕਸੀਡੈਂਟ ਹੋ ਗਿਆ, 3 ਦਿਨ ਹੋ ਗਏ ਹਨ, 4 ਦਿਨ, ਠੀਕ ਹੈ। ਮੈਂ ਕਿਹਾ ਯਾਰ ਰਾਬਤਾ ਨਹੀਂ ਹੋਇਆ, ਮੈਂ ਰਾਬਤਾ ਕੀਤਾ, ਉਹਨਾਂ ਦੇ ਨਾ ਜਵਾਈ ਨੇ ਫੋਨ ਚੁੱਕਿਆ, ਦਮਾਦ ਨੇ, ਜਵਾਈ ਰਹਿਣ ਦਿਓ, ਜਵਾਈ ਅੱਛਾ ਲਫ਼ਜ਼ ਨਹੀਂ ਹੈਗਾ, ਦਮਾਦ ਨੇ ਫੋਨ ਚੁੱਕਿਆ, ਉਹਦਾ ਨਾਂ ਹੈ ਫਤਿਹ ਸ਼ੇਰ, ਜਿੱਥੋਂ ਕੰਮ ਜਿਹੜਾ ਨਾ ਕੰਮ ਹੋਇਆ ਖਰਾਬ ਹੋਇਆ, ਫਤਿਹ ਸ਼ੇਰ ਨੇ ਫੋਨ ਚੁੱਕਿਆ। ਅਤੇ ਮੈਂ ਕਿਹਾ ਬਾਬਾ ਜੀ ਦਾ ਕੀ ਹਾਲ, ਕਿੱਥੇ ਨੇ? ਉਹਨਾਂ ਕਿਹਾ ਬਾਬਾ ਜੀ ਦਾ ਐਕਸੀਡੈਂਟ ਹੋ ਗਿਆ, ਤਾਂ ਅੱਜ 3 ਦਿਨ ਹੋ ਗਏ ਨੇ। ਮੈਂ ਕਿਹਾ ਯਾਰ ਕਿਸ ਦਿਨ? ਕਹਿੰਦੇ ਜਿੱਦਣ ਮੰਡੀ ਬਾਬਲ ਦੀਨ ਗਏ ਨੇ। ਦੋਸਤੋ ਪਤਾ ਕਿ ਲਾਲਚ ਬੁਰੀ ਬਲਾ ਹੈ, ਨਾਲੇ ਨਾ ਦੁਨੀਆ 'ਤੇ ਜੋ ਕਰਨਾ ਤਾਂ ਉਹ ਭਰਨਾ, ਦੁਨੀਆ 'ਤੇ ਹੀ ਭਰਨਾ ਹੈ ਦੁਨੀਆ, ਕਿਉਂ ਕਾਸ਼ੀ ਭਾਈ? ਇਸ ਤਰ੍ਹਾਂ ਹੀ ਜੋ ਕਰਨਾ ਨਾ ਬੰਦੇ ਨੇ, ਉਹਨੇ ਦੁਨੀਆ 'ਤੇ ਭਰ ਕੇ ਹੀ ਜਾਣਾ, ਚਾਹੇ ਮੈਂ ਹਾਂ, ਚਾਹੇ ਜ਼ਬੈਰ ਹੈ, ਚਾਹੇ ਕਾਸ਼ੀ ਹੈ, ਚਾਹੇ ਬਾਬਾ ਜੀ, ਕੋਈ ਖਾਬ ਕੋਈ ਬੰਦਾ ਆਵੇ, ਉਹਨੇ ਜੋ ਕਰਨਾ ਉਹ ਭਰਨਾ ਹੀ ਭਰਨਾ। ਉਹਨਾਂ ਕਿਹਾ ਯਾਰ ਉਹਨਾਂ ਦਾ ਐਕਸੀਡੈਂਟ ਹੋ ਗਿਆ। ਮੈਂ ਕਿਹਾ ਯਾਰ ਅੱਲਾ ਦੇ ਬੰਦੇ, ਤੁਸੀਂ ਮੈਨੂੰ ਦੱਸਿਆ ਨਹੀਂ, ਮੇਰਾ ਉਹਨਾਂ ਦਾ 24 ਘੰਟੇ ਦਾ ਮੇਲ ਮਿਲਾਪ ਹੈ, ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਉਹ ਮੈਂ ਵੀ ਕਿਸੇ ਮਸਲੇ 'ਚ ਫਸਿਆ ਸਾਂ, ਅਸੀਂ 15 ਦਿਨ ਦਾ ਟੂਰ ਉਸ ਤੋਂ ਪਹਿਲੇ ਕੱਟ ਕੇ ਆਏ ਸਾਂ, ਹਰੀਪੁਰ ਹਜ਼ਾਰੇ ਤੱਕ ਗਏ ਸਾਂ, ਗੁਜਰਾਤ, ਖਾਰੀਆਂ, ਲਾਲਾ ਮੋਸਾ, ਡਿੰਗਾ, ਗੁਜਰਾਲਾ, ਬੜਾ ਲੰਮਾ ਟੂਰ ਕੱਟ ਕੇ ਆਇਆ ਸਾਂ। ਮੈਂ ਕਿਹਾ ਮੈਂ ਵੀ ਥੱਕਿਆ ਸਾਂ, ਨਾਲ ਮੈਂ ਵੀ ਕੋਈ ਨਾ ਘਰ 'ਚ ਵੀ ਕੋਈ ਕੰਮ ਸ਼ੰਮ ਸਨ। ਮੈਂ ਕਿਹਾ ਯਾਰ ਚਲੋ, ਅਤੇ ਮੇਰਾ ਵੀ ਮੈਂ ਨਹੀਂ ਟਾਈਮ ਲੱਗਾ, ਮੈਂ ਵੀ ਨਹੀਂ ਰਾਬਤਾ ਕੀਤਾ, ਉਹਨਾਂ ਵੀ ਭਾਈ ਰਾਬਤਾ ਨਹੀਂ ਕੀਤਾ। ਮੈਂ 3 ਦਿਨ ਬਾਅਦ ਫੋਨ ਕੀਤਾ, ਉਹਨਾਂ ਕਿਹਾ ਯਾਰ ਬਾਬਾ ਜੀ ਦਾ ਇੰਜ ਐਕਸੀਡੈਂਟ। ਮੈਂ ਕਿਹਾ ਯਾਰ ਤੁਸੀਂ ਮੈਨੂੰ ਦੱਸ ਤਾਂ ਦਿੰਦੇ। ਮੈਂ ਕਿਹਾ ਹੁਣ ਕਿੱਥੇ? ਕਹਿੰਦਾ ਕੁਰਕੀ ਹੋਸਪਿਟਲ। ਮੈਂ ਕਿਹਾ ਚਲੋ ਮੈਂ ਸਵੇਰੇ ਲਾਵਾਂਗਾ ਚੱਕਰ। ਸਵੇਰੇ ਗਿਆ, ਮੈਂ ਵੇਖਿਆ ਵੁਖਿਆ, ਮਿਲਿਆ ਗਿਲਿਆ, ਅਤੇ ਉਹ ਨਾ ਉਂਝ ਦੇ ਉਂਝ ਹੀ ਪਏ ਸਨ ਬੈੱਡ 'ਤੇ ਪਏ ਸਨ, ਅਤੇ ਐਮਰਜੈਂਸੀ ਵਾਰਡ 'ਚ, ਕੋਈ ਓਪਰੇਸ਼ਨ ਦਾ ਨਾਮੋ ਨਿਸ਼ਾਨ ਵੀ ਨਹੀਂ, ਗੱਲ ਨਹੀਂ, ਬਾਤ ਨਹੀਂ। ਮੈਂ ਜੈਦੀ ਸਾਹਿਬ ਨੂੰ ਫੋਨ ਕੀਤਾ, ਵੇਖੋ ਜਿਹੜਾ ਤਕੜਾ ਬੰਦਾ ਹੁੰਦਾ ਜਾਂ ਵੱਡਾ ਬੰਦਾ ਹੁੰਦਾ, ਜਿਹੜਾ ਸਾਡਾ ਦੋਸਤ ਹੈ ਜਾਂ ਜੋ, ਅਸੀਂ ਉਹਨੂੰ ਹੀ ਫੋਨ ਕਰਨਾ ਜਿੱਥੋਂ ਤੱਕ ਸਾਡੀ ਪਹੁੰਚ। ਉਹਨਾਂ ਕਿਹਾ ਯਾਰ ਤੇਰੇ ਕੋਲ ਫਲਾਣਾ ਡਾਕਟਰ ਹੁਣੇ 2 ਮਿੰਟ 'ਚ ਆ ਜਾਂਦਾ। ਯਕੀਨ ਕਰੋ, ਅਦਰੋਂ ਮਾਨੀ ਗੱਲ ਹੈ, ਮੈਂ ਫੋਨ ਬੰਦ ਕੀਤਾ, ਠੀਕ 5 ਮਿੰਟ ਬਾਅਦ ਮੇਰੇ ਕੋਲ ਵੱਡਾ ਡਾਕਟਰ ਹੋਸਪਿਟਲ ਦਾ ਆ ਗਿਆ। ਮੈਂ ਕਿਹਾ ਯਾਰ ਓਪਰੇਸ਼ਨ ਕਿਉਂ ਨਹੀਂ ਹੋ ਰਿਹਾ ਜੀ? ਉਹਨਾਂ ਕਿਹਾ ਜੀ ਇਹ ਮਸਲਾ, ਇਹ ਮਸਲਾ, ਇਹ ਹੈ, ਉਹ ਇਹਨਾਂ ਇੰਟਰਸਟ 'ਚ ਜਿਹੜਾ ਨਾ ਪੇਪਰ ਦਿੱਤੇ ਇਹਨੇ, ਜਦੋਂ ਉਧਰੋਂ ਵਾਰੀ ਆਉਣੀ ਹੈ ਤਾਂ ਫਿਰ ਜਿਹੜਾ ਨਾ ਇਹਨਾਂ ਦਾ ਨੰਬਰ ਲੱਗਣਾ। ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ। ਅਤੇ ਉਹ ਖੈਰ ਨਾ ਉਹਨਾਂ ਵੇਖਿਆ, ਉਹਨਾਂ ਕਿਹਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਹੋ ਜਾਏ ਫੌਰੀ। ਜ਼ੈਦੀ ਸਾਹਿਬ ਘੱਲਿਆ, ਵੇਖੋ ਜ਼ੈਦੀ ਸਾਹਿਬ ਮੌਜੂਦ ਨੇ, ਜ਼ਿੰਦਾ ਨੇ, ਹਯਾਤ ਨੇ, ਉਹਨਾਂ 'ਤੇ ਅੱਲਾ ਦਾ ਬੜਾ ਫਜ਼ਲ ਹੈ, ਅੱਲਾ ਦਾ ਕਰਮ ਹੈ, ਉਹਨਾਂ ਸਾਰਾ ਕੁਛ ਮਿੰਟਾਂ ਸਕਿੰਟਾਂ ਹੀ ਕਰਾ ਦਿੱਤਾ। ਖੈਰ ਜੀ, ਜ਼ੈਦੀ ਸਾਹਿਬ ਨੂੰ ਵੀ ਪਤਾ ਲੱਗ ਗਿਆ, ਉਹਨਾਂ ਕਿਹਾ ਯਾਰ ਮੈਂ 1-2-4 ਦਿਨ ਦੇ ਵਿੱਚ ਆਵਾਂਗਾ। ਉਹ ਆਏ ਜਨਾਬ, ਮੈਨੂੰ ਬੜੇ ਸਾਰੇ, ਜਦੋਂ ਅਸੀਂ ਮੂਵੀ ਚਲਾਈ, ਬੜੇ ਸਾਰੇ ਦੋਸਤਾਂ ਨੇ ਫੋਨ ਕੀਤੇ, ਅਸੀਂ ਬਾਬੇ ਨੂੰ ਪੈਸੇ ਭੇਜਣੇ ਬਾਬੇ ਨੂੰ। ਮੈਂ ਕਿਹਾ ਬਾਬੇ ਦਾ ਅਕਾਊਂਟ ਨੰਬਰ ਲਵੋ, ਫਤਿਹ ਸ਼ੇਰ ਦਾ ਅਕਾਊਂਟ ਨੰਬਰ ਲਵੋ, ਰਾਣਾ ਰਫੀਕ
ਪਿੰਡੀ ਤੋਂ, ਉਹਨੇ ਕਿਹਾ ਜੀ ਮੈਂ ਤੁਹਾਨੂੰ 100,000 ਰੁਪਇਆ ਭੇਜ ਰਿਹਾ ਸੁਲੇਮਾਨ ਸਾਹਿਬ। ਮੈਂ ਕਿਹਾ ਨਾ 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 ਨਾ, ਮੈਂ ਕਿਹਾ ਮੈਨੂੰ ਨਹੀਂ ਭੇਜਣਾ, ਬਾਬਾ ਜੀ ਦੇ ਅਕਾਊਂਟ 'ਚ ਭੇਜੋ, ਬਾਬਾ ਜੀ ਦੇ ਦਿਮਾਗ ਨੂੰ ਭੇਜੋ ਜਾਂ ਕਿਸੇ ਨੂੰ ਭੇਜੋ। ਉਹਨਾਂ ਨੂੰ ਭੇਜਿਆ, ਹੋਰ ਕਾਫੀ ਦੋਸਤਾਂ ਨੇ। ਜ਼ਿਆਦੀ ਸਾਹਿਬ ਨੇ, ਇਹ ਕਹਿੰਦੇ ਨੇ ਐਡਾ ਡੱਬਾ, ਵੇਖੋ ਯਾਰ ਪੜ੍ਹੇ ਲਿਖੇ ਅਤੇ ਅਨਪੜ੍ਹ ਬੰਦੇ 'ਚ ਬੜਾ ਫਰਕ ਹੁੰਦਾ। ਮੈਂ ਤਾਂ ਇਸ ਗੱਲ ਨੂੰ ਕਹਾਂਗਾ, ਇੱਕ ਲਿਫਾਫਾ ਉਹਨਾਂ ਦਿੱਤਾ ਜਿਹਦੇ 'ਚ ਯਾਰ ਸ਼ਾਦੀ ਦਾ ਇਨਵੈਲਪ ਇਨਵੈਲਪ ਇਨਵੈਲਪ, ਆਹੋ ਉਹਨੂੰ ਕਹਿੰਦੇ ਐਡਾ ਡੱਬਾ ਸੀ ਯਾਰ। ਉਹ ਮੈਂ ਮੂਵੀ ਦੁਬਾਰਾ ਲਾ ਦਿਆਂਗਾ, ਉਹ ਵੇਖਣਾ ਦੋਸਤ ਆਪ ਕਹਿੰਦੇ। ਉਹ ਕਿਸੇ ਵਜ੍ਹਾ ਤੋਂ ਪ੍ਰਾਈਵੇਸੀ ਲਾਤੀ ਸੀ, ਉਹ ਕਿਉਂ ਲਾਈ ਸੀ ਉਹ ਵੀ ਤੁਹਾਨੂੰ ਦੱਸਾਂਗੇ, ਕਿਉਂਕਿ ਉਹ ਇਸ ਵਜ੍ਹਾ ਤੋਂ ਲਾਈ ਸੀ। ਉਹਦੇ ਵਿੱਚ ਇੱਕ ਬੰਦਾ ਸਾਡਾ ਹੀ ਫੇਮ ਲੈ ਕੇ ਨਾ ਕਬੂਤਰ ਲੋਕਾਂ ਕੋਲ ਮੋਹਤ ਲਈ ਜਾਂਦਾ ਸੀ ਯਾਰ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਉਹ ਦੋਸਤ ਇੰਜ ਉਹਦੀ ਵਜ੍ਹਾ ਤੋਂ ਨਾ ਪ੍ਰਾਈਵੇਸੀ ਲਵਾਈ ਜ਼ੈਦੀ ਸਾਹਿਬ ਨੇ। ਜ਼ੈਦੀ ਸਾਹਿਬ ਨੇ ਮੈਨੂੰ ਬਲਕਿ ਕਿਹਾ ਵੀ ਉਸ ਤੋਂ ਬਾਅਦ 'ਚ ਕਿ ਯਾਰ ਆ ਮੂਵੀ ਖੋਲ੍ਹਦੇ, ਬਾਬਾ ਜੀ ਨਾਰਾਜ਼ ਨੇ। ਮੈਂ ਕਿਹਾ ਜ਼ੈਦੀ ਸਾਹਿਬ ਮੈਨੂੰ ਪਾਕਿਸਤਾਨ ਦਾ ਵਜ਼ੀਰ ਆਜ਼ਮ ਹੀ ਆ ਕੇ ਹੁਣ ਕਹੇਗਾ ਨਾ ਮੈਂ ਮੂਵੀ ਨਹੀਂ ਖੋਲ੍ਹਾਂਗਾ, ਤੁਹਾਡੇ ਨੋਟਿਸ ਤੁਹਾਨੂੰ ਪਤਾ ਇਸ ਗੱਲ ਦਾ, ਮੇਰੇ ਨੋਟਿਸ ਗੱਲ ਇਹ ਗੱਲ ਤੁਹਾਨੂੰ ਪਤਾ। ਬਿਲਕੁਲ, ਮੈਂ ਕਿਹਾ ਜ਼ੈਦੀ ਸਾਹਿਬ 3 ਦਿਨ ਦਿੱਤੇ ਨੇ ਤੁਹਾਨੂੰ, ਮੈਂ ਕਿਹਾ ਨਹੀਂ ਲਾਣੀ ਮੂਵੀ, ਰਹਿਣ ਦਿਓ, ਲੱਗੀ ਰਹਿਣ ਦਿਓ, ਤੁਸੀਂ ਕਿਹਾ ਲਾਓ ਇਹਨੂੰ ਖਤਮ ਕਰ ਦਿਓ ਵਿੱਚ। ਇੰਜੀ ਕਿਹਾ, ਬਿਲਕੁਲ। ਮੈਂ ਕਿਹਾ ਹੁਣ ਲੱਥ ਗਈ ਨਾ, ਮੈਂ ਪਹਿਲੇ ਗਿਆ ਸੀ, ਮੈਂ ਕਿਹਾ ਲੱਥ ਗਈ ਤਾਂ ਦੁਬਾਰਾ ਲੱਗਣੀ ਨਹੀਂ, ਲੱਗਣੀ ਨਹੀਂ, ਇੰਜੀ ਗੱਲ ਹੋਈ। ਬਿਲਕੁਲ ਇਸ ਤਰ੍ਹਾਂ, ਮੈਂ ਕਿਹਾ ਬੰਦਾ ਥੁੱਕ ਕੇ ਝਟਦਾ ਨਹੀਂ ਹੁੰਦਾ। ਮੈਂ ਜਨਾਬ ਉਹ ਮੂਵੀ ਨਹੀਂ ਲਾਈ ਫਿਰ ਦੁਬਾਰਾ, ਠੀਕ ਹੈ, ਉਹ ਇਸ ਵਜ੍ਹਾ ਤੋਂ ਨਹੀਂ ਲਾਈ। ਇਹਨਾਂ ਜ਼ੈਦੀ ਸਾਹਿਬ ਨੇ ਕਿਹਾ ਲਾ ਦੇ ਯਾਰ, ਮੈਂ ਕਿਹਾ ਬੰਦਾ ਥੁੱਕ ਕੇ ਨਹੀਂ ਝਟਦਾ, ਅਤੇ ਮੈਂ ਉਹ ਮੂਵੀ ਨਹੀਂ ਸੀ ਲਾਈ, ਠੀਕ ਹੈ। ਮੈਂ ਕਿਹਾ ਹੁਣ ਪਾਕਿਸਤਾਨ ਦਾ ਵਜ਼ੀਰ ਆਜ਼ਮ ਕੋਈ ਬੰਦਾ ਵੀ ਆ ਕੇ ਕਹੇਗਾ ਨਾ ਮੂਵੀ ਉਹ ਲੱਗ ਜਾਵੇ, ਮੈਂ ਦੁਬਾਰਾ ਲਾਣੀ ਨਹੀਂ ਗਈ, ਪਹਿਲੇ ਲਾਣੀ ਨਹੀਂ ਸੀ, ਹੁਣ ਲੱਥ ਗਈ ਤਾਂ ਲਾਣੀ ਨਹੀਂ, ਗੱਲ ਖਤਮ ਹੋ ਗਈ। ਉਹ ਖੈਰ ਜੀ ਇਹਨਾਂ ਦਾ ਨਾ ਆਪਰੇਸ਼ਨ ਹੋ ਗਿਆ ਜੀ। ਮੈਨੂੰ ਭਾਈ ਅਰਸ਼ਦ ਨੇ ਨਾ ਫੋਨ ਕੀਤਾ 20 ਦਿਨਾਂ ਬਾਅਦ। ਤੁਸੀਂ ਨਾ ਸ਼ਾਰਟਕਟ ਥੋੜੀ ਗੱਲ ਕੱਟ ਗਏ ਹੋ, ਸਾਰੀ ਗੱਲ ਦੱਸੋ ਦੋਸਤਾਂ ਨੂੰ, ਸਾਰੀ ਗੱਲ ਦੱਸੋ। ਮੈਂ ਅੱਲਾਹ ਦੀ ਕਸਮ, ਪਤਾ ਕਿਉਂ ਨਹੀਂ ਗੱਲ ਭਰਮ ਰੱਖ ਨਹੀਂ, ਭਰਮ ਦੀ ਨਹੀਂ ਗੱਲ। ਦੇਖੋ ਤੁਹਾਡੇ ਹੱਕ ਸਾਈ ਦਾ ਚੈਨਲ ਹੈ ਭਾਈ ਸੁਲੇਮਾਨ ਜੀ, ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਚੈਨਲ ਦੇ ਨਾਲ ਹੀ ਹੈ। ਬਿਲਕੁਲ ਸਹੀ, ਠੀਕ ਹੈ, ਠੀਕ ਤੁਸੀਂ ਆਪਣਾ ਚੈਨਲ ਚਲਾਓ, ਠੀਕ ਹੈ। ਤੁਸੀਂ ਜੋ ਹੱਕ ਸੱਚ ਦੀ ਆਵਾਜ਼ ਹੈ ਨਾ, ਦੋ ਵੇਲਾਂ ਦਾ ਇੱਕ ਵੇਲਾ ਹੈ, ਲਓ ਜੀ ਦੋ ਵੇਲਾਂ ਦਾ ਇੱਕ ਵੇਲਾ, ਨਹੀਂ ਦੋ ਵੇਲਾਂ ਦਾ ਇੱਕ ਵੇਲਾ ਹੈ, ਇੱਕ ਵੇਲਾ ਹੱਕ ਦੀ ਗੱਲ ਕਰਨੀ ਹੈ। ਲਓ ਜੀ ਮੈਂ ਸੱਚ ਬੋਲਣਾ, ਝੂਠ ਨਹੀਂ ਮਾਰਨਾ 1% ਵੀ। ਲਓ ਜੀ ਮੈਂ ਸੱਚ ਪਤਾ ਕਿ ਝੂਠ ਨਹੀਂ ਬੋਲਿਆ, ਮੈਂ ਪਤਾ ਨਾ ਤੁਹਾਡੀ ਕਬਰ 'ਚ, ਨਾ ਤੁਹਾਡੀ ਕਬਰ 'ਚ ਬਾਬਾ ਜੀ ਨੇ ਪੈਣਾ ਤੇ ਨਾ ਬਾਬਾ ਜੀ ਦੀ ਕਬਰ 'ਚ ਤੁਸੀਂ ਪੈਣਾ। ਇੰਜ ਹੀ ਗੱਲ ਹੈ, ਹੱਕ ਸੱਚ ਦੀ ਆਵਾਜ਼ ਆਣੀ ਚਾਹੀਦੀ ਹੈ। ਅੱਲਾਹ ਤੇ ਰਸੂਲ ਨਾ ਇੱਧਰ, ਅੱਲਾਹ